ਪ੍ਰਾਈਮ ਡਿਬੇਟ ਵਿੱਚ ਤੁਹਾਡਾ ਸਵਾਗਤ ਹੈ ਅਸੀਂ ਯੂਰਪ ਵਿੱਚ ਸੰਗਤ ਟੈਲੀਵਿਜ਼ਨ ਅਤੇ ਉੱਤਰੀ ਅਮਰੀਕਾ ਵਿੱਚ ਗਲੋਬਲ ਪੰਜਾਬ ਦੇ ਦਰਸ਼ਕਾਂ ਦਾ ਵੀ ਸਵਾਗਤ ਕਰਦੇ ਹਾਂ ਤੇਲੰਗਾਨਾ ਮੁਲਕ ਦਾ 29ਵਾਂ ਸੂਬਾ ਬਣ ਰਿਹਾ ਹੈ ਕੇਂਦਰ ਸਰਕਾਰ ਦੀ ਪ੍ਰਵਾਨਗੀ ਤੋਂ ਬਾਅਦ ਹੁਣ ਤੇਲੰਗਾਨਾ ਦੇ ਨਵੇਂ ਸੂਬਾ ਬਣਨ ਦਾ ਰਸਮੀ ਐਲਾਨ ਹੋਣਾ ਬਾਕੀ ਹੈ ਆਂਧਰਾ ਪ੍ਰਦੇਸ਼ ਵਿੱਚੋਂ ਵੱਖ ਹੋ ਕੇ ਸੂਬੇ ਦਾ ਰੂਪਾ ਹਾਸਲ ਕਰਨ ਲਈ ਤੇਲੰਗਾਨਾ ਦੇ ਹਮਾਇਤਿਆਂ ਨੇ ਲੰਮਾ ਸੰਘਰਸ਼ ਕੀਤਾ ਹੈ ਇਸ ਤੋਂ ਬਾਅਦ ਹੋਰ ਸੂਬੇ ਬਣਾਏ ਜਾਣ ਦੀਆਂ ਮੰਗਾਂ ਦਾ ਬੁਲੰਦ ਹੋਣਾ ਸੁਭਾਵਿਕ ਹੈ ਇਸ ਤੋਂ ਬਾਅਦ ਵੱਖਰੇ ਸੂਬਿਆਂ ਦੀਆਂ ਕਿਹੜੀਆਂ-ਕਿਹੜੀਆਂ ਮੰਗਾਂ ਨੂੰ ਪ੍ਰਵਾਨ ਕੀਤਾ ਜਾਏਗਾ ਇਹ ਸਵਾਲ ਵੀ ਦਿਲਚਸਪ ਹੈ ਕਿ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਦਾ ਮਸਲਾ ਕਿਵੇਂ ਨਿਵੇੜਿਆ ਜਾਏਗਾ ਤੇਲੰਗਾਨਾ ਨੂੰ ਵੱਖਰਾ ਸੂਬਾ ਬਣਾਉਣ ਦੀ ਮੰਗ ਆਖਰਕਾਰ ਪ੍ਰਵਾਨ ਕਰ ਲਈ ਗਈ ਹੈ ਹੁਣ ਤੇਲੰਗਾਨਾ ਨੂੰ ਸੂਬੇ ਦਾ ਰੁਤਬਾ ਦੇਣ ਲਈ ਰਸਮੀ ਐਲਾਨ ਹੋਣਾ ਹੀ ਬਾਕੀ ਹੈ ਤੇਲੰਗਾਨਾ ਨੂੰ ਆਂਧਰਾ ਪ੍ਰਦੇਸ਼ ਵਿੱਚੋਂ ਵੱਖ ਕਰਕੇ ਨਵਾਂ ਸੂਬਾ ਬਣਾਇਆ ਜਾ ਰਿਹਾ ਹੈ ਹੁਣ ਆਂਧਰਾ ਪ੍ਰਦੇਸ਼ ਵਿੱਚ ਸੂਬੇ ਦਾ ਦੱਖਣੀ ਪੂਰਬੀ ਸਾਹਲੀ ਇਲਾਕਾ ਹੋਏਗਾ ਅਤੇ ਤੇਲੰਗਾਨਾ ਵਿੱਚ ਉੱਤਰ ਪੱਛਮੀ ਇਲਾਕਾ ਆਏਗਾ ਨਵੇਂ ਸੂਬੇ ਦੀ ਮਾਗ ਪ੍ਰਵਾਨ ਹੋਣ ਤੋਂ ਬਾਅਦ ਹੁਣ ਕਈ ਸਵਾਲ ਪੂਰੇ ਮੁਲਕ ਲਈ ਅਹਿਮ ਹੋਣਗੇ ਸੂਬੇ ਦੀ ਰਾਜਧਾਨੀ ਹైదరాబాద్ ਨੂੰ ਅਗਲੇ 10 ਸਾਲਾਂ ਤੱਕ ਦੋਵਾਂ ਸੂਬਿਆਂ ਦੀ ਰਾਜਧਾਨੀ ਮੰਨਿਆ ਜਾਏਗਾ ਇਸ ਤਰ੍ਹਾਂ ਆਂਧਰਾ ਪ੍ਰਦੇਸ਼ ਨੂੰ ਨਵੀਂ ਰਾਜਧਾਨੀ ਬਣਾਉਣ ਵਿੱਚ ਕੇਂਦਰੀ امداد ਦਿੱਤੀ ਜਾਏਗੀ ਇਹਨਾਂ ਹਾਲਾਤ ਵਿੱਚ ਹైదరాబాద్ ਦਾ ਮਾਮਲਾ ਚੰਡੀਗੜ੍ਹ ਵਾਂਗ ਉਲਝ ਜਾਣ ਦੀ ਗੁੰਜਾਇਸ਼ ਬਣੀ ਰਹੇਗੀ ਸਭ ਤੋਂ ਅਹਿਮ ਸਵਾਲ ਇਹ ਹੈ ਕਿ ਤੇਲੰਗਾਨਾ ਦੇ ਸੂਬਾ ਬਣਨ ਨਾਲ ਦੂਜੀਆਂ ਥਾਵਾਂ ਤੋਂ ਵੱਖਰੇ ਸੂਬੇ ਬਣਾਉਣ ਦੀਆਂ ਮੰਗਾਂ ਦਾ ਕੀ ਬਣੇਗਾ ਪਛਮੀ ਬੰਗਾਲ ਵਿੱਚ ਗੋਰਖਾ ਲੈਂਡ ਅਸਾਮ ਵਿੱਚ ਬੋਡੋ ਲੈਂਡ ਮਹਾਰਾਸ਼ਟਰ ਵਿੱਚ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਵਿੱਚ ਦੋ ਵੱਖਰੇ ਸੂਬੇ ਬਣਾਉਣ ਦੀ ਮੰਗ ਲਗਾਤਾਰ ਹੋ ਰਹੀ ਹੈ ਇਸ ਤੋਂ ਬਾਅਦ ਅਹਿਮ ਸਵਾਲ ਇਹੋ ਨੇ ਕਿ ਵੱਖਰਾ ਸੂਬਾ ਬਣਾਏ ਜਾਣ ਲਈ ਕਿਹੜੀਆਂ ਸ਼ਰਤਾਂ ਲਾਜ਼ਮੀ ਨੇ ਕੀ ਛੋਟੇ ਸੂਬਿਆਂ ਨਾਲ ਪ੍ਰਸ਼ਾਸਨ ਬਿਹਤਰ ਹੋ ਸਕਦਾ ਹੈ ਕੀ ਛੋਟੇ ਸੂਬੇ ਵਿੱਤੀ ਪੱਖੋਂ ਜ਼ਿਆਦਾ ਟੁਕਮੇ ਨੇ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਹੋਰ ਤੇਲੰਗਾਨਾ ਦੇ ਹਵਾਲੇ ਨਾਲ ਵੀ ਵਿਚਾਰਿਆ ਜਾਣਾ ਏ ਤੇਲੰਗਾਨਾ ਨਾਲ ਸੂਬਿਆਂ ਦੀ ਗਿਣਤੀ 29 ਹੋ ਜਾਏਗੀ ਇਸ ਤੋਂ ਬਾਅਦ ਨਵੇਂ ਸੂਬਿਆਂ ਦੀ ਮੰਗ ਨੂੰ ਹੋਰ ਬਲ ਮਿਲੇਗਾ ਇਸੇ ਤਰ੍ਹਾਂ ਦਾ ਸਵਾਲ ਏ ਕਿ ਸੂਬੇ ਦੀ ਰਾਜਧਾਨੀ ਦਾ ਫੈਸਲਾ ਕਿਵੇਂ ਕੀਤਾ ਜਾਏਗਾ ਇਸ ਮਾਮਲੇ ਵਿੱਚ ਮਿਸਾਲ ਮੁੰਬਈ ਬਣ ਸਕਦਾ ਏ ਜਾਂ ਚੰਡੀਗੜ੍ਹ ਇਨਾ ਹੀ ਮਸਲਿਆਂ ਉੱਤੇ ਚਰਚਾ ਕਰਨ ਲਈ ਸਾਡੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ਪ੍ਰੋਫੈਸਰ ਗੁਰਦਰਸ਼ਨ ਸਿੰਘ ਢਿੱਲੋਂ ਜੋ ਇਤਿਹਾਸਕਾਰ ਨੇ ਅਤੇ ਪੰਜਾਬੀ ਸੂਬੇ ਦੇ ਇਤਿਹਾਸ ਅਤੇ ਸਿਆਸਤ ਦਾ ਲਗਾਤਾਰ ਅਧਿਐਨ ਕਰਦੇ ਰਹੇ ਨੇ ਹਰਕ੍ਰਿਸ਼ਨ ਸਿੰਘ ਮਹਿਤਾ ਜੋ ਸਮਾਜ ਸ਼ਾਸਤਰੀ ਨੇ ਡਾਕਟਰ ਕਮਲਪ੍ਰੀਤ ਕੌਰ ਜੋ ਡੀਏਵੀ ਕਾਲਜ ਚੰਡੀਗੜ੍ਹ ਵਿੱਚ ਰਾਜਨੀਤੀ ਸ਼ਾਸਤਰ ਪੜਾਉਂਦੇ ਨੇ ਤੁਹਾਡਾ ਸਾਰਿਆਂ ਦਾ ਅੱਜ ਦੀ ਚਰਚਾ 'ਚ ਸਵਾਗਤ ਹੈ ਪ੍ਰੋਫੈਸਰ ਢਿੱਲੋਂ ਜਦੋਂ ਤੇਲੰਗਾਨਾ ਬਣਿਆ ਅਸ ਤੋਂ ਪਹਿਲਾਂ ਜੋ ਵੱਖਰੇ ਵੱਖਰੇ ਸੂਬੇ ਬਣਨ ਦਾ ਜੋ ਇਤਿਹਾਸ ਹੈ ਜੋ ਤਜਰਬਾ ਹੈ ਕੀ ਉਹ ਤਜਰਬੇ ਨੂੰ ਚੰਗੀ ਤਰੀਕੇ ਨਾਲ ਸਮਝ ਕੇ ਇਹ ਸੂਬਾ ਬਣਾਇਆ ਗਿਆ ਨਹੀਂ ਹਰ ਜਿਹੜਾ ਸੂਬਾ ਬਣਿਆ ਹਿੰਦੁਸਤਾਨ ਤੇ ਟ੍ਰੈਜੇਡੀ ਹੈ ਉਹ ਖੂਨ ਖਰਾਬੇ ਤੋਂ ਬਾਅਦ ਬਣਿਆ ਈਵਨ ਆਂਧਰਾ ਪ੍ਰਦੇਸ਼ ਦੇ ਵਿੱਚ ਵੀ ਮੈਨੂੰ ਉਸ ਆ ਲੀਡਰ ਦਾ ਨਾਮ ਪੁੱਲ ਗਿਆ ਉਸਨੇ ਵਿਚਾਰੇ ਨੇ ਮਰਨ ਵਰਤ ਰੱਖਿਆ ਹਾਂ ਹਾਂ ਮਰਨ ਵਰਤ ਰੱਖਿਆ ਉਸ ਤੋਂ ਬਾਅਦ ਮਤਲਬ ਰੀਆਰਗੇਨਾਈਜੇਸ਼ਨ ਕਮਿਸ਼ਨ 1953 1952 ਚ ਉਹ ਦੀ ਡੈਥ ਹੋਈ ਉਸ ਤੋਂ ਬਾਅਦ 1953 ਚ ਪੰਡਤ ਜਵਾਲਾ ਨਹਿਰੂ ਨੇ ਰੀਆਰਗੇਨਾਈਜੇਸ਼ਨ ਕਮਿਸ਼ਨ ਬਣਾਇਆ ਜੀ ਪੰਜਾਬ ਦੇ ਵਿੱਚ ਵੀ ਖੂਨ ਖਰਾਬਾ ਹੋਇਆ ਆ ਹੁਣ ਤੇ ਲਗਾਨਾ ਬਣਾਇਆ ਇਸ ਦੇ ਵਿੱਚ ਉਹ 900 ਬੰਦੇ ਮਰੇ 900 ਪੀਪਲ ਐਂਡ ਕੰਟੀਨਿਊਸ ਸਟਰਗਲ ਔਰ ਹਜ਼ਾਰਾਂ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਔਰ ਉਸ ਤੋਂ ਬਾਅਦ ਇਹਨਾਂ ਨੇ ਇੱਕ ਕੰਸੀਡ ਕੀਤਾ ਕਿ ਇਹੀ ਚੀਜ਼ ਬਗੈਰ ਖੂਨ ਖਰਾਬੇ ਤੋਂ ਜੈਨੂਨ ਗੱਲ ਆ ਤਾਂ ਐਨੇ ਖੂਨ ਖਰਾਬੇ ਦੀ ਕੀ ਜ਼ਰੂਰਤ ਸੀ ਐਨਾ ਫਾਈਨੈਂਸ਼ੀਅਲ ਲਾਸ ਕਰਨ ਦੀ ਕੀ ਜ਼ਰੂਰਤ ਸੀ ਇਹ ਗੱਲ ਮੰਨੀ ਜਾ ਸਕਦੀ ਸੀ ਅੱਜ ਜਿਹੜੀ ਦੁਨੀਆ ਦੇ ਵਿੱਚ ਸਾਰੀ 올ਓਵਰ ਦੀ ਵਰਲਡ ਡੀਸੈਂਟਰਲਾਈਜ਼ੇਸ਼ਨ ਔਰ ਮਹਾਤਮਾ ਗਾਂਧੀ ਨੇ ਤਾਂ ਕਿਹਾ ਸੀ ਤੁਸੀਂ ਪੰਚਾਇਤੀ ਰਾਜ ਲੈ ਕੇ ਆਓ ਤੇ ਤੁਸੀਂ ਸੈਂਟਰਲਾਈਜ਼ੇਸ਼ਨ ਦੇ ਉੱਤੇ ਕਿਉਂ ਬੈਠੇ ਹੋ ਕਿਉਂ ਨਹੀਂ ਜਿਹੜੀ ਲੋਕਾਂ ਦੀਆਂ ਰੀਜਨਲ ਐਸਪੀਰੇਸ਼ਨਸ ਆ ਉਹਨਾਂ ਨੂੰ ਫੁੱਲਫਿਲ ਕਿਉਂ ਨਹੀਂ ਹੋਣ ਦਿੰਦੇ ਔਰ ਉਹ ਆਪਣੀਆਂ オリジナル ਐਸਪੀਰੇਸ਼ਨਸ ਦੇ ਨਾਲ ਜਿਸ ਤਰੀਕੇ ਦੀ ਡਿਵੈਲਪਮੈਂਟ ਚਾਹੁੰਦੇ ਆ ਜਿਹੜੀਆਂ ਉਹਨਾਂ ਦੀਆਂ ਜ਼ਰੂਰਤਾਂ ਆ ਉਹ ਆਪਣੀਆਂ ਪੂਰੀਆਂ ਕਰ ਸਕਣ ਇਹ ਉਹਨਾਂ ਦੀ ਨੇਚਰਲ ਮਤਲਬ ਇਨਸਟਿੰਕਟ ਆ ਔਰ ਹੁਣ ਦੇਖੋ ਜਿਹੜਾ ਤੇਲੰਗਾਨਾ ਹੈ ਇਸ ਦੇ ਵਿੱਚ ਜਿਹੜੀ ਪਰਸੈਂਟੇਜ ਡੈਮੋਗ੍ਰਾਫਿਕ ਦੀ ਸਾਰੀ ਸਿਚੁਏਸ਼ਨ ਆਂਧਰਾ ਦੀ ਤੇ ਉਹਦੀ ਦੇਖੀਏ ਤਾਂ ਸ਼ੈਡਿਊਲ ਕਾਸਤੇ ਸ਼ੈਡਿਊਲ ਟ੍ਰਾਈਬਸ ਦੀ ਜਿਹੜੀ ਪੋਪੂਲੇਸ਼ਨ ਤੇ ਮੁਸਲਮਾਨਾਂ ਦੀ ਪੋਪੂਲੇਸ਼ਨ ਦੀ ਪਰਸੈਂਟੇਜ ਆਂਧਰਾ ਨਾਲੋਂ ਕਿਤੇ ਜ਼ਿਆਦਾ ਕਿਤੇ ਜ਼ਿਆਦਾ ਮਤਲਬ ਇਹ ਆ ਜਿਹੜੀਆਂ ਇਸ ਕਿਸਮ ਦੀਆਂ ਸਪਰੈਸਡ ਤੇ ਜਿਹੜੀਆਂ ਐਕਸਪਲੋਇਟਡ ਕਮਿਊਨਿਟੀ ਜਿਹੜਾ ਪਛੜਿਆ ਤਬਕਾ ਉਹ తెలంగాణ ਵਾਲੇ ਪਾਸੇ ਉਸ ਦੀਆਂ ਐਸਪੀਰੇਸ਼ਨਸ ਮੇਰੇ ਹਿਸਾਬ ਦੇ ਨਾਲ ਤੇਲंगाना ਚ ਜ਼ਿਆਦਾ ਫੁੱਲਫਿਲ ਹੋਣਗੀਆਂ ਰਾਦਰ ਦੈਨ ਆਂਧਰਾ ਪ੍ਰਦੇਸ਼ ਦੇ ਜੀ ਇਸ ਵੇਲੇ ਜਿਹੜੀ ਪੂਰੀ ਆਬਾਦੀ ਹੈ 1 ਕਰੋੜ 60 ਲੱਖ ਜਿਹੜੀ ਆਬਾਦੀ ਹੈ ਉਹ ਆਂਧਰਾ ਪ੍ਰਦੇਸ਼ ਦੇ ਵਿੱਚ ਜਾਏਗੀ 1 ਕਰੋੜ 14 ਲੱਖ ਜਿਹੜੀ ਹੈਗੀ ਉਹ తెలంగాణਾਂ ਦੇ ਵਿੱਚ ਆਏਗੀ ਉਹਨਾਂ ਦੀ ਜਿਹੜੀ ਉੱਥੇ ਦੀ ਇਹ 2001 ਦਾ ਜਿਹੜਾ ਜਿਹੜੀ ਮਰਦਮਸ਼ੁਮਾਰੀ ਆ ਉਹਦੇ ਮੁਤਾਬਕ ਫਿਰ ਦੂਸਰੀ ਇੱਕ ਹੋਰ ਇੰਪੋਰਟੈਂਟ ਗੱਲ ਹੈ ਹਿੰਦੁਸਤਾਨ ਜਦੋਂ ਆਜ਼ਾਦ ਹੋਇਆ ਟੋਟਲ ਆਬਾਦੀ ਹਿੰਦੁਸਤਾਨ 30 ਕਰੋੜ ਸੀ ਜੀ ਅੱਜ 125 ਕਰੋੜ ਆ ਔਰ ਇਹ ਮਤਲਬ ਫਾਸਟਲੀ ਇਨਕਰੀジング ਕੰਟਰੀ ਆ ਦੁਨੀਆ ਦੇ ਵਿੱਚ ਜੀ ਤਾਂ ਜੇ ਆਬਾਦੀ ਵਧ ਰਹੀ ਆ ਤਾਂ ਐਡਮਿਨਿਸਟ੍ਰੇਸ਼ਨ ਵੀ ਮਤਲਬ ਉਸ ਐਡੇ ਵੱਡੇ ਰੀਜਨ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਚਲਾ ਸਕਦੇ ਹੋ ਜੀ ਤੋਂ ਇਸ ਕਰਕੇ ਵੀ ਜ਼ਰੂਰਤ ਆ ਕਿ ਜਿੰਨੀ ਛੋਟੀ ਆਬਾਦੀ ਦਾ ਸੂਬਾ ਹੋਏਗਾ ਉਸ ਦੀ ਐਡਮਿਨਿਸਟ੍ਰੇਸ਼ਨ ਦੀ ਬੈਟਰ ਗ੍ਰਿਪ ਹੋਏਗੀ ਉਹਦੀ ਮੈਨੇਜਮੈਂਟ ਬੈਟਰ ਹੋਏਗੀ ਸਾਰੀ ਦੁਨੀਆ ਦੇ ਵਿੱਚ ਸੂਬੇ ਵਧੇ ਆ ਤਾਂ ਇਹਦੇ ਵਿੱਚ ਮੈਂ ਸਮਝਦਾ ਜਿੰਨੀਆਂ ਵੀ ਆ ਛੋਟੀਆਂ ਜਿਹੜੀਆਂ ਹੋਰ ਡਿਮਾਂਡਸ ਆ ਇਹਨਾਂ ਦੀਆਂ ਵੀ ਮੰਨ ਲੈਣੀਆਂ ਚਾਹੀਦੀਆਂ ਔਰ ਉਹਨਾਂ ਨੂੰ ਆਪਣੀਆਂ ਐਸਪੀਰੇਸ਼ਨਸ ਫੁੱਲਫਿਲ ਕਰਨ ਦੀ ਓਪਰਚ्युनिटी ਪ੍ਰੋਵਾਈਡ ਹੋਏਗੀ ਇਸ ਦੇ ਨਾਲ ਮਹਤਾ ਜੀ ਸਾਹਿਬ ਕਈ ਜਿਹੜੇ ਮਸਲੇ ਨੇ ਜਦੋਂ ਨਵਾਂ ਸੂਬਾ ਬਣਦਾ ਉਹਦੇ ਪਛੀਦਾਂ ਹੁੰਦੇ ਨੇ ਨਹਿਰੀ ਪਾਣੀਆਂ ਦਾ ਮਸਲਾ ਹੁੰਦਾ ਹੈ ਰਾਜਧਾਨੀ ਦਾ ਮਸਲਾ ਹੁੰਦਾ ਹੈ ਇੱਕ ਇਲਾਕੇ ਦੇ ਬੰਦਿਆਂ ਦਾ ਦੂਜੇ ਇਲਾਕੇ ਦੇ ਵਿੱਚ ਕੀਤਾ ਹੋਇਆ ਨਿਵੇਸ਼ ਹੁੰਦਾ ਹੈ ਪੋਲਿਟਿਸ਼ੀਨਾਂ ਦੀ ਆਪਣੀ ਹੋਉਂਦੀ ਹੈ ਜਦੋਂ ਇਹ ਸੂਬਾ ਬਣਾਇਆ ਜਾਂਦਾ ਹੈ ਕੀ ਉਹਦੇ ਪਿੱਛੇ ਸਿਆਸੀ ਸਿਆਸਤ ਹੀ ਕੰਮ ਕਰਦੀ ਹੈ ਜਾਂ ਕੋਈ ਹੋਰ ਇੱਕ ਵਿਧੀ ਵਿਵਧਾਨ ਹੋਣਾ ਚਾਹੀਦਾ ਹੈ ਕਿ ਜੇ ਇਹ ਸ਼ਰਤਾਂ ਪੂਰੀਆਂ ਕਰਦਾ ਤੇ ਸੂਬਾ ਬਣ ਸਕਦਾ ਹੈ ਸਵਾਲ ਹੈ ਕਿ ਇਸ ਸਬਜੈਕਟ ਦੇ ਉੱਪਰ ਨਾ ਜਿਹੜਾ ਸੂਬਿਆਂ ਦਾ ਮਸਲਾ ਹੋਵੇ ਇਸ ਦੇ ਉੱਪਰ ਜਿਹੜੀ ਪੋਲੀਟੀਕਲ ਥਿਊਰੀ ਹੈ ਉਹ ਆਪਣੇ ਆਪ ਵਿੱਚ ਬਹੁਤ ਜ਼ਿਆਦਾ ਇਨੈਡੀਕੁਏਟ ਹੈ ਜੀ ਇਹ ਤਿੰਨ ਲਫ਼ਜ਼ ਜਿਹੜੇ ਨੇ ਇਹਨਾਂ ਨੂੰ ਅਸੀਂ ਬਹੁਤ ਕਨਫਿਊਜ਼ ਕਰਦੇ ਹਾਂ ਅੰਗਰੇਜ਼ੀ ਦੇ ਤਿੰਨ ਲਫ਼ਜ਼ ਹਨ ਨੇਸ਼ਨ ਜੀ ਕੰਟਰੀ ਐਂਡ ਸਟੇਟ ਜੀ ਯੂਰਪ ਵਿੱਚ ਜਦੋਂ ਕੈਪੀਟਲਿਜ਼ਮ ਆਇਆ ਇੰਡਸਟਰੀਅਲ ਡਿਵੈਲਪਮੈਂਟ ਸ਼ੁਰੂ ਹੋਈ ਉੱਥੇ ਥਿਊਰੀ ਥੋੜਾ ਜਿਹਾ ਇੱਕ ਸ਼ੇਪ ਉਸਨੇ ਅਕਵਾਇਰ ਕੀਤੀ ਜੇ ਅਗਰ ਨੇਸ਼ਨ ਨਰ ਸਟੇਟ ਇੱਕੋ ਚੀਜ਼ ਹੋਣ ਤਾਂ ਲਗਾਤਾਰ ਸਾਨੂੰ ਹਰ ਬੈਸ ਵਿੱਚ ਲਿਖਣ ਵੇਲੇ ਵੀ ਪੜ੍ਹਨ ਵੇਲੇ ਵੀ ਗੱਲ ਕਰਨ ਵੇਲੇ ਵੀ ਨੇਸ਼ਨ ਸਟੇਟ ਲਫ਼ਜ਼ ਕਿਉਂ ਹਾਈਫਨੇਟ ਕਰਨਾ ਪੈਂਦਾ ਜੀ ਕਿਉਂਕਿ ਦੋ ਵੱਖਰੀਆਂ ਚੀਜ਼ਾਂ ਹੈ ਜੀ ਨੇਸ਼ਨ ਜਿਹੜਾ ਹੈ ਨਾ ਇਹ ਐਸੈਂਸ਼ੀਅਲੀ ਕਲਚਰਲ ਸਬਜੈਕਟ ਹੈ ਜੀ ਤੇ ਜਿਹੜਾ ਕੰਟਰੀ ਹੈ ਉਹ ਟੈਰੀਟੋਰੀਅਲ ਹੈ ਜੀ ਤੇ ਸਟੇਟ ਜਿਹੜਾ ਹੈ ਉਹ ਪੋਲੀਟੀਕਲ ਹੈ ਜੀ ਇਹਨਾਂ ਤਿੰਨਾਂ ਨੂੰ ਪੋਲੀਟੀਕਲ ਸਾਇੰਟਿਸਟਸ ਇਹ ਵੱਖਰੇ ਲੋਕ ਪੜਦੇ ਹਨ ਉਹਨੂੰ ਸਮਝਦੇ ਹਨ ਜੀ ਹਿੰਦੁਸਤਾਨ ਦੇ ਇਤਿਹਾਸਕਾਰ ਜਿਵੇਂ ਪਿਛਲੇ ਦਿਨਾਂ ਚ ਰومیਲਾ ਥਾਪਰ ਨੇ ਕਿਹਾ ਕਿ ਵੀ ਜਿਹੜੀਆਂ ਹੱਦਾਂ ਸਰਹੱਦਾਂ ਨੇ ਸੂਬਿਆਂ ਦੀਆਂ ਤੇ ਮੁਲਕਾਂ ਦੀਆਂ ਉਹ ਤਾਂ ਲਗਾਤਾਰ ਬਦਲਦੇ ਰਹਿਣ ਵਾਲਾ ਰੁਝਾਨ ਹੈ ਉਹ ਕਦੇ ਵੀ ਤੈ ਨਹੀਂ ਹੁੰਦੀਆਂ ਤੇ ਜਦੋਂ ਆਪਾਂ ਇਹ ਕਹਾਂਗੇ ਕਿ ਆਹ ਜਿਹੜੀ ਪਛਾਣ ਹੈ ਇਹ ਸਿਆਸੀ ਪਛਾਣ ਹੈ ਇਹ ਜਿਹੜੀ ਪਛਾਣ ਇਹ ਪ੍ਰਸ਼ਾਸਕੀ ਪਛਾਣ ਹੈ ਉਹ ਪੱਕੀ ਕਿਵੇਂ ਹੋ ਸਕਦੀ ਹੈ ਉਹ ਤਾਂ ਕਦੇ ਵੀ ਬਦਲਣ ਦੀ ਉਹਦੀ ਸੰਭਾਵਨਾ ਹੁੰਦੀ ਹੈ ਹਿੰਦੁਸਤਾਨ ਬਾਰੇ ਨਾ ਇੱਕ ਬੜਾ ਭਾਰੀ ਭਰਮ ਹੈ ਜਿਹੜਾ ਤੇ ਅਸੀਂ ਕੰਟਰੀ ਨੂੰ ਤੇ ਸਟੇਟ ਨੂੰ ਤੇ ਨੇਸ਼ਨ ਨੂੰ ਇੱਕੋ ਹੀ ਬਣਾਈ ਜਾਂਦੇ ਆ ਜੀ ਅਸੀਂ ਲਫ਼ਜ਼ ਨੇਸ਼ਨ ਸਾਰੇ ਮੁਲਕ ਲਈ ਵਰਤ ਰਹੇ ਨੇ ਜੀ ਉਹਨਾਂ ਐਸੈਂਸ਼ੀਅਲੀ ਜਿਹੜਾ ਜਿਹੜਾ ਕਨਸੈਪਟ ਨੇਸ਼ਨ ਦਾ ਨਾ ਜੀ ਉਹ ਕਲਚਰਲ ਕਨਸੈਪਟ ਹੈ ਔਰ ਕਲਚਰ ਦੇ ਦੋ ਹੀ ਮੇਨ ਕੰਪੋਨੈਂਟ ਹੈ ਵੈਸੇ ਤੇ ਬਹੁਤ ਵੱਡੀ ਕਲਚਰ ਨੂੰ ਹਾਲ ਤੱਕ ਡਿਫਾਈਨ ਵੀ ਨੀ ਚੰਗੀ ਤਰ੍ਹਾਂ ਕੋਈ ਕਰ ਸਕਿਆ ਜੀ ਪਰ ਦੋ ਚੀਜ਼ਾਂ ਜਿਹੜੀਆਂ ਨਾ ਯੂਰਪ ਦੇ ਕੇਸ ਵਿੱਚ ਵੱਖਰੇ ਵੱਖਰੇ ਮੁਲਕ ਬਣੇ ਤੇ ਕੁਝ ਨਈ ਵੀ ਬਣ ਸਕੇ ਸਾਨੂੰ ਉਹ ਸੋਵੀਅਤ ਦੇ ਟੁੱਟਣ ਤੋਂ ਬਾਅਦ ਜਿਸ ਨੇ ਚੈਕੋਸਲੋਵਾਕੀਆ ਇੱਕ ਕੰਟਰੀ ਸੀ ਹੁਣ ਚੈਕ ਰਿਪਬਲਿਕ ਵੱਖਰਾ ਵੇ ਸਲੋਵਾਕੀਆ ਸਟੇਟ ਵੱਖਰਾ ਵੱਖਰਾ ਮੁਲਕ ਹੈ ਜੀ ਯੂਗੋਸਲੋਵਾਇਆ ਦੇ ਵੀ ਵੱਖਰੇ ਵੱਖਰੇ ਇਸੇ ਹੋਏ ਯੂਰਪ ਦੇ ਸਾਰੇ ਸਾਰੇ ਛੋਟੇ ਛੋਟੇ ਦੇਸ਼ ਹੈ ਜੀ ਉਹ ਬੜੇ ਵਾਇਬਲ ਬੇਸਿਸ ਤੇ ਚਲੇ ਹਨ ਉਹਨਾਂ ਦਾ ਮੁੱਖ ਆਧਾਰ ਜਿਹੜਾ ਸੋ ਲੈਂਗੁਏਜ ਸੀ ਮੁੱਖ ਜੀ ਇਹ ਨਹੀਂ ਕਹਿਿਆ ਜਾ ਸਕਦਾ ਕਿ 100% ਦੀ ਉਹਨਾਂ ਦੀ ਉਹ ਹੀ ਆਬਾਦੀ ਸੀ ਜੀ ਕਿਉਂਕਿ ਥੋੜੇ ਬਹੁਤ ਮਤਲਬ ਰਿਲੀਜੀਅਸ ਡਿਫਰੈਂਸਸ ਤੇ ਉਹਨਾਂ ਕੰਟਰੀਜ਼ ਵਿੱਚ ਸੀਗੇ ਜੀ ਇਹ ਸਾਰੇ ਅਰਬ ਕੰਟਰੀズ ਵਿੱਚ ਵੀ ਹੈ ਜਿਤਨਾ ਅਸੀਂ ਸੁੰਨੀ ਤੇ ਸ਼ੀਆ ਦੀ ਗੱਲ ਕਰਦੇ ਆਂ ਤੇ ਸੁੰਨੀ ਸ਼ੀਆ तकरीबन ਹਰ ਕੰਟਰੀ ਦੋਨੋਂ ਪਾਏ ਜਾਂਦੇ ਆਂ ਜੀ ਯਾਨੀ ਸ਼ੀਆ ਕਮਸ ਕਮ 10% ਤੋਂ ਜ਼ਿਆਦਾ ਉਹਦੇ ਚ ਹੋਣਗੇ ਸਾਊਦੀ ਅਰੇਬੀ ਕੋਇਤ ਵਿੱਚ ਲਗਭਗ 30% ਹੈ ਜੀ ਇਸ ਕਰਕੇ ਜਿਹੜੀ ਇਹ ਇਤਨੇ ਕੰਪਲੈਕਸ ਮਸਲੇ ਨੂੰ ਹਾਲੀ ਤੱਕ ਸਾਡੇ ਮੇਰੇ ਸੱਜੇ ਪਾਸੇ ਬੈਠੇ ਕੁਲੀਕੇ ਪੋਲਿਟੀਕਲ ਸਾਇੰਟਿਸਟ ਦੇ ਰੀਅਲੀ ਨਾਟ ਬੀਨ ਏਬਲ ਟੂ ਕਮ ਅਪ with any kind of new theory in the context of the new developments which are taking place ਮਤਲਬ ਕੋਲ ਮਿਲਾ ਕੇ ਗੱਲ ਇਹ ਹੈ ਕਿ ਵੀ ਜਿਸ ਕਿਸਮ ਦੀ ਬਨ ਸਬੰਨਤਾ ਆਬਾਦੀ ਦੇ ਵਿੱਚ ਹੈਗੀ ਹੈ ਜਿਸ ਕਿਸਮ ਨਾਲ ਜਿਹੜੀ ਪੇਚੀਦਗੀ ਹੈ ਸਾਰੇ ਮਸਲਿਆਂ ਦੀ ਸਾਡੇ ਕੋਲ ਕੋਈ ਇੱਕ ਥਿਊਰੀ ਕੋਈ ਇੱਕ ਸਿਧਾਂਤ ਐਦਾਂ ਦਾ ਨਹੀਂਗਾ ਜਿਹੜਾ ਲਾਈਨ ਮਾਰ ਕੇ ਦੱਸ ਦੇਵੇ ਕਿ ਹੁਣ ਸ਼ਰਤਾਂ ਪੂਰੀਆਂ ਹੋ ਗਈਆਂ ਤੇ ਹੁਣ ਇਹਨੂੰ ਸੂਬਾ ਬਣਾਉਣਾ ਹੈ ਬਿਲਕੁਲ ਨਹੀਂ ਹੈਗਾ ਜੀ ਕਮਲਪ੍ਰੀਤ ਜਦੋਂ ਹੁਣ ਜਿਹੜੇ ਬਾਕੀ ਸੂਬਿਆਂ ਦੀ ਮੰਗ ਹੈਗੀ ਆ ਗੋਰਖਾ ਲੈਂਡ ਤੋਂ ਲੈ ਕੇ ਬੋਡੋ ਲੈਂਡ ਤੋਂ ਲੈ ਕੇ ਹਰਿਆਣ ਪ੍ਰਦੇਸ਼ ਤੋਂ ਲੈ ਕੇ ਬੰਦੇਲ ਖੰਡ ਇਹ तमाम ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਇੱਕ ਤਾਂ ਇਸ ਗੱਲ ਕਰਨ ਵੱਲ ਮਿਲੇਗਾ ਕਿ ਤੇਲੰਗਾਨਾ ਬਣਿਆ ਤੇ ਸਾਡੇ ਸੂਬੇ ਵੀ ਬਣਨੇ ਚਾਹੀਦੇ ਨੇ ਇਹ ਤੋਂ ਬਿਨਾ ਕੋਈ ਹੋਰ ਵੀ ਇੱਕ ਆਧਾਰ ਬਣ ਸਕੇਗਾ ਕਿਉਂਕਿ ਇਸ ਸ਼ਰਤ ਦੇ ਉੱਤੇ ਤੇਲੰਗਾਨਾ ਬਣਿਆ ਇਸ ਕਰਕੇ ਸਾਡੇ ਤੇ ਵੀ ਲਾਗੂ ਹੁੰਦੀ ਹੈ ਤਲੰਗਾਨਾ ਦੀ ਡਿਮਾਂਡ 57 ਇਅਰਸ ਬਹੁਤ ਇੱਕ ਲੰਬਾ ਅਰਸਾ ਚੱਲ ਰਹੀ ਹੈ ਤੇ ਤਾਂ ਜਾ ਕੇ ਉਹਨਾਂ ਨੂੰ ਮਿਲੀ ਹੈ ਤੇ ਦੂਸਰਾ ਇਹ ਇੱਕ ਇਹ ਵੀ ਫੈਕਟਰ ਹੈ ਕਿ ਤਲੰਗਾਨਾ ਪਹਿਲਾਂ ਨਿਜ਼ਾਮ ਦੇ ਨੀਚੇ ਸੀ ਉਹਨੂੰ ਆਂਧਰਾ ਪ੍ਰਦੇਸ਼ ਨਾਲ ਮਿਲਾਇਆ ਗਿਆ ਸੀ ਜੀ ਉਹਨਾਂ ਦੀ ਆਪਣੀ ਇੱਕ ਅਲੱਗ ਆਈਡੈਂਟੀ ਸੀ ਆਪਣੀ ਅਲੱਗ ਪਹਿਚਾਨ ਸੀ ਜੋ ਉਹਨਾਂ ਨੂੰ ਲੱਗਿਆ ਕਿ ਆਂਧਰਾ ਪ੍ਰਦੇਸ਼ ਵਿੱਚ ਆ ਕੇ ਸਾਡੀ ਖਤਮ ਹੋ ਗਈ ਹੈ ਉਹਨਾਂ ਨੇ ਪ੍ਰੋਟੈਸਟ ਕੀਤਾ ਹੈ ਜੀ ਜਿਵੇਂ ਸਰ ਕਹਰੇ ਨੇ ਕਿ polititical scientists ਦਾ ਫੇਲਰ ਕਹਿ ਸਕਦੇ ਹੋ ਕਿ ਅਜੇ ਤੱਕ ਇੱਕ ਥਿਉਰੀ ਨਹੀਂ ਬਣੀ ਹੈ ਤੇ ਜਿਹੜੇ ਦੂਸਰੇ ਇਹ ਬਿਲਕੁਲ ਠੀਕ ਹੈ ਕਿਉਂਕਿ ਇਹਨਾਂ ਦੀ ਗੱਲ ਠੀਕ ਵੀ ਹੈ ਪਰ polititical scientists ਥੋੜੇ ਇਨੈਡਕੁਏਟ ਵੀ ਨੇ ਨਹੀਂ ਤੈਨੂੰ ਆਪਾਂ ਫੇਲਰ ਨਹੀਂ ਕਹਿ ਸਕਦੇ ਕਿ ਜੋ ਨਵਾਂ ਸਵਾਲ ਹੈ ਉਹਦਾ ਜਵਾਬ ਲੱਭਣ ਲਈ ਤਰਦਦ ਹੋ ਰਿਹਾ ਹੈ ਹਾਲੇ ਉਹ ਕੰਪਲੀਟ ਨਹੀਂ ਹੋਇਆ ਕਿਉਂਕਿ ਇਹ ਇਸ ਕਰਕੇ ਇਨੈਡਕੁਏਟ ਇਸ ਕਰਕੇ ਸਾਡੇ ਕੋਲ ਆਨਸਰ ਨਹੀਂ ਹੈ ਐਸ polititical scientists ਕਿਉਂਕਿ ਹਰ ਰੀਜਨ ਦੇ ਡਾਇਨਾਮਿਕਸ ਬਿਲਕੁਲ ਵੱਖ ਨੇ ਇੰਟਾਇਰਲੀ ਡਿਫਰੈਂਟ ਦੇ ਆ ਇੰਟਾਇਰਲੀ ਡਿਫਰੈਂਟ ਕਿਤੇ ਲੈਂਗੁਏਜ ਐਂਡ ਕਲਚਰ ਆਫ ਕੋਰਸ ਇਜ਼ ਵੈਰੀ 빅 ਵਰਡ ਕਿਤੇ ਲੈਂਗੁਏਜ ਕਿਤੇ ਡਿਵੈਲਪਮੈਂਟ ਦੀ ਗੱਲ ਹੁੰਦੀ ਐ ਰਿਲੀਜੀਅਨ ਰਿਲੀਜੀਅਨ ਰੀਜਨ ਸੋ ਇਹ ਸਾਰੀ ਡਿਮਾਂਡਸ ਕੋਈ ਇੱਕ ਪਲੇਟਫਾਰਮ ਤੇ ਸਾਰੀ ਡਿਮਾਂਡਸ ਤੁਸੀਂ ਇਹਨਾਂ ਨੂੰ ਇਕੱਠੇ ਨਹੀਂ ਕਰ پا ਰਹੇ ਹੋ ਸੋ ਜਿੰਨੇ ਰੀਜਨਸ ਨੇ ਉਹਨਾਂ ਦੀ ਆਪਣੀ ਅਲੱਗ-ਅਲੱਗ ਡਿਮਾਂਡਸ ਨੇ ਉਹਨਾਂ ਦੀ ਆਪਣੀ ਜਸਟੀਫਿਕੇਸ਼ਨਸ ਹੈ ਸੋ ਇੱਕ ਕਾਮਨ ਥ੍ਰੈਡ ਲੱਭਣਾ ਥੋੜਾ ਟਾਈਮ ਤਾਂ ਲੱਗੇਗਾ ਯੈਸ 47 ਤੋਂ ਆਪਾਂ ਆਜ਼ਾਦ ਹੋਏ ਹੈ کافی ਟਾਈਮ ਹੋ ਗਿਆ ਹੈ ਬਟ ਯੈਸ ਇੰਡੀਆ ਪਰ ਇਹ ਦਾ ਆਪਣੇ ਆਪ ਦੇ ਵਿੱਚ ਇੱਕ ਸਾਂਝੀ ਤੰਦ ਹੋ ਗਈ ਹੈ ਨਾ ਕਿ ਹਰੇਕ ਮੌਕੇ ਦੇ ਉੱਤੇ ਜਿਸ ਕਿਸਮ ਦੀ ਬਨਸਬੰਦਤਾ ਹੈ ਉਹਦੇ ਮੁਤਾਬਕ ਤੈਅ ਕੀਤਾ ਜਾਏਗਾ ਇਹ ਤਾਂ ਇੱਕ ਸਾਂਝੀ ਗੱਲ ਹੋ ਗਈ ਹੈ ਸਿਰਫ ਮਸਲਾ ਇਹੀ ਰਹਿ ਗਿਆ ਨਾ ਕਿ ਸਾਰਿਆਂ ਲਈ ਸਾਡੇ ਕੋਲ ਕੋਈ ਇੱਕ ਵਿਧੀ ਵਿਧਾਨ ਨਹੀਂ ਹੈਗਾ ਤੇ ਪਰ ਰਿਮਾਂਡਸ ਅਲੱਗ ਹੈ ਐਸਪੀਰੇਸ਼ਨਸ ਅਲੱਗ ਹੈ ਰੀਜਨਲ ਐਸਪੀਰੇਸ਼ਨਸ ਅਲੱਗ ਹੈ ਤੇ ਜੋ ਸੈਂਟਰ ਹੈ ਉਹਦਾ ਸ਼ੁਰੂ ਤੋਂ ਜਿਹੜਾ ਜ਼ੋਰ ਹੈ ਜਿਹੜਾ ਗੋਰਖਾ ਲੈਂਡ ਦਾ ਮਸਲਾ ਉਹ ਗੋਰਖਾ ਲੈਂਡ ਦੇ ਉਸ ਇਲਾਕੇ ਦੇ حوالے ਨਾਲ ਤੇ ਜੋ ਬੋਰਡੋਲੈਂਡ ਦਾ ਮਸਲਾ ਹੈ ਉਸ ਇਲਾਕੇ ਦੇ ਹਵਾਲੇ ਨਾਲ ਹਰਿਤ ਪ੍ਰਦੇਸ਼ ਦਾ ਮਸਲਾ ਉਸ ਹਵਾਲੇ ਨਾਲ ਮੰਨੇ ਜਾਂਦਾ ਹੈ ਜੀ ਇੱਕ ਇੱਕ ਕੇਸ ਸਟੱਡੀ ਕਰਨੀ ਪੈਣੀ ਹੈ ਇੱਕ ਇੱਕ ਉਹਨਾਂ ਦੇ ਉਹਨਾਂ ਦੇ ਕਾਜ਼ਸ ਦੇਖਣੇ ਚਾਹੀਦੇ ਦੇਖਣੇ ਪੈਣਗੇ ਕਿ ਕਿਉਂ ਉਹਨਾਂ ਨੂੰ ਆਪਣੀ ਪੇਰੈਂਟ ਸਟੇਟ ਤੋਂ ਅਲੱਗ ਹੋਣਾ ਚਾਹੁੰਦੇ ਨੇ ਤੇ ਉਹਨਾਂ ਦੀ ਕੀ ਖਾਮੀਆਂ ਨੇ ਐਂਡ ਆਈ ਥਿੰਕ ਅੱਜ ਦੇ ਮਾਹੌਲ ਵਿੱਚ ਡਿਵੈਲਪਮੈਂਟ ਬਹੁਤ ਬੜੀ ਇਸ਼ੂ ਬਣ ਗਈ ਹੈ ਜਦੋਂ ਆਪਾਂ ਇਹ ਦੋ ਮਸਲਿਆਂ ਦੀ ਗੱਲ ਕਰਦੇ ਹਾਂ ਇੱਕ ਤਾਂ ਹੈਗੀ ਡਿਵੈਲਪਮੈਂਟ ਕੀ ਉਸ ਇਲਾਕੇ ਦੇ ਵਿਕਾਸ ਦਾ ਮਸਲਾ ਦੂਜਾ ਮਸਲਾ ਹੈਗਾ ਕਿ ਵੀ ਪ੍ਰਸ਼ਾਸਨ ਪੱਖੋਂ ਉਹ ਬਿਹਤਰ ਰਹੇਗਾ ਇਹਦੇ ਤੇ ਜਿਹੜੇ ਬਾਕੀ ਤੱਤ ਨੇ ਬੋਲੀ ਵਾਲਾ ਧਰਮ ਵਾਲਾ ਉਹ ਸਾਰੇ ਗੌਣ ਹੋ ਜਾਂਦੇ ਨੇ ਦੂਜੇ ਨੰਬਰ ਤੇ ਹੋ ਜਾਂਦੇ ਨੇ ਇਨਾ ਬਾਰੇ ਤਾਂ ਕੋਈ ਵਿਧੀ ਵਿਵਧਾਨ ਹੋ ਸਕਦਾ ਹੈ ਕਿ ਬੋਲੀ ਵਾਲਾ ਵੱਖ ਨਹੀਂ ਹੁੰਦਾ ਕਿਉਂਕਿ ਬੋਲੀ ਦੇ ਆਧਾਰ ਤੇ ਹੀ ਹਿਊਮਨ ਡਿਵੈਲਪਮੈਂਟ ਹੁੰਦੀ ਹੈ ਜਦੋਂ ਆਪਾਂ ਇਹ ਕਹਿੰਦੇ ਆ ਕਿ ਵੀ ਇਹਦੇ ਨਾਲ ਵਿਕਾਸ ਬਿਹਤਰ ਹੋਏਗਾ ਬੋਲੀ ਇੱਕੋ ਹੀ ਹੈ ਜਦੋਂ ਆਪਾਂ ਇਹ ਕਹਾਂਗੇ ਕਿ ਇੱਥੇ ਡਿਵੈਲਪਮੈਂਟ ਇਜ਼ ਦਾ ਮੇਨ ਇਸ਼ੂ ਡਿਵੈਲਪਮੈਂਟ ਆਪਾਂ ਇਹ ਕਹਾਂਗੇ ਕਿ ਇੱਥੇ ਵਿਕਾਸ ਬਿਹਤਰ ਹੋ ਸਕਦਾ ਹੈ ਜਾਂ ਛੋਟਾ ਸੂਬਾ ਹੋਣ ਕਾਰਨ ਇਹਦਾ ਜਿਹੜਾ ਪ੍ਰਸ਼ਾਸਨ ਹੈ ਉਹ ਬਿਹਤਰ ਚੱਲ ਸਕਦਾ ਹੈ ਤੇ ਕੀ ਇਹਨਾਂ ਦੋ ਨੁਕਤਿਆਂ ਨੂੰ ਅਹਿਮ ਮੰਨਿਆ ਜਾ ਸਕਦਾ ਹੈ ਬਿਲਕੁਲ ਡਵੈਲਪਮੈਂਟ ਨੂੰ ਲੈ ਕੇ ਤੇ ਬੋਲੀ ਨੂੰ ਲੈ ਕੇ ਬਹੁਤ ਅਹਿਮ ਬਣ ਜਾਂਦਾ ਤੇ ਲੋਕਾਂ ਦੀ ਜਿਹੜੀ ਜਿਹੜੀ ਫੀਲਿੰਗਸ ਨੇ ਉਹਨਾਂ ਨੂੰ ਪ੍ਰੋਟੈਸਟ ਕਰਨ ਲਈ ਰੋਡ ਤੇ ਲੈ ਕੇ ਆਉਣਾ ਉਹ ਬਹੁਤ ਆਸਾਨ ਕੰਮ ਬਣ ਜਾਂਦਾ ਲੀਡਰਸ ਦੇ ਕਿਉਂਕਿ ਅੱਧੇ ਲੋਕ ਡਿਵੈਲਪਮੈਂਟ ਨਾਲ ਕਨੈਕਟਡ ਹੁੰਦੇ ਨੇ ਉਹਨਾਂ ਨੂੰ ਡਿਵੈਲਪਮੈਂਟ ਦੇ ਹੈਵ ਨਾਟ ਗਾਟ ਦ ਫਰੂਟਸ ਆਫ ਡਿਵੈਲਪਮੈਂਟ ਅਧੇਨ ਉਹ ਜਿਹੜਾ ਆਮ ਆਦਮੀ ਹੈ ਉਹ ਕਹਿੰਦਾ ਹੈ ਯੈਸ ਮੈਨੂੰ ਆਪਣੀ ਬੋਲੀ ਨੂੰ ਪ੍ਰੋਟੈਕਟ ਕਰਨਾ ਇਹ ਤੁਹਾਡਾ ਗੱਲ ਬਿਲਕੁਲ ਸਪਸ਼ਟ ਹੋ ਗਈ ਹੈ ਹੁਣ ਮਸਲਾ ਇਹ ਹੈ ਕਿ ਵੀ ਇਹਦੇ ਨਾਲ ਕਈ ਸਾਰੇ ਸਬਕ ਸਿੱਖੇ ਨੇ ਪਰ ਸਾਰਿਆਂ ਨੂੰ ਵੱਡਾ ਸਵਾਲ ਇਹ ਹੈ ਕਿ ਵੀ ਹੁਣ ਇਹ ਸੋਚਣਾ ਮੰਨਦਾ ਹੈ ਕਿ ਕੀ ਵਿਵਿਧਾਨ ਹੋਵੇ ਪ੍ਰੋਫੈਸਰ ਢਿਲੋਂ ਜਦੋਂ ਨਵਾਂ ਸੂਬਾ ਬਣਦਾ ਹੈ ਉਹਦੇ ਲਈ ਰਾਜਧਾਨੀ ਸਾਰਿਆਂ ਨੂੰ ਵੱਡਾ ਇੱਕ ਅਹਿਮ ਮਸਲਾ ਹੁੰਦਾ ਹੈ ਪੰਜਾਬ ਤੇ ਹਰਿਆਣਾ ਦੇ ਮਾਮਲੇ ਦੇ ਵਿੱਚ ਜਿਹੜਾ ਚੰਡੀਗੜ੍ਹ ਦਾ ਮਸਲਾ ਹੁਣ ਤੱਕ ਉਨਾ ਹੀ ਪਚੀਦਾ ਜਿੰਨਾ ਉਹ ਜਿਸ ਦਿਨ ਪਹਿਲੇ ਦਿਨ ਸੀਗਾ ਤੇ ਗੁਜਰਾਤ ਜਦੋਂ ਵੱਖ ਹੋਇਆ ਮਹਾਰਾਸ਼ਟਰ ਤੋਂ ਤੇ ਉਹ ਉਦੋਂ ਜਿਹੜੀ ਦਲੀਲ ਇਹ ਦਿੱਤੀ ਗਈ ਸੀ ਕਿ ਜਿਹੜਾ ਪੇਰੈਂਟ ਸੂਬਾ ਰਾਜਧਾਨੀ ਉੱਥੇ ਰਹੇਗੀ ਉਹਦੀ ਇੱਕ ਲੋਕੇਸ਼ਨ ਦਾ ਵੀ ਮਸਲਾ ਹੈ ਕਿ ਉਹਦਾ ਜਿਹੜਾ ਸਰਹੱਦ ਉਹਦੇ ਨਾਲ ਨਹੀਂ ਲੱਗਦੀ ਆ ਇੱਥੇ ਸਰਹੱਦ ਜਿਹੜੀ ਹੈਗੀ ਹੈ ਹైదరాబాద్ ਦੀ ਉਹ ਦੋਨੇ ਪਾਸੇ ਲੱਗਦੀ ਆ ਉਹਦੇ ਬਾਰੇ ਕੀ ਵਿਧੀ ਵਿਵਧਾਨ ਹੋਣਾ ਚਾਹੀਦਾ ਨਹੀਂ ਦੇਖੋ ਜਿਸ ਤਰ੍ਹਾਂ ਹੁਣ ਚੰਡੀਗੜ੍ਹ ਦੀ ਤੁਸੀਂ ਗੱਲ ਕੀਤੀ ਹੈ ਜਿਹੜਾ ਚੰਡੀਗੜ੍ਹ ਬਣਿਆ ਜੀ ਕਿੰਨਾਂ ਲੋਕਾਂ ਨੂੰ ਅਪਰੂਵ ਕਰਕੇ ਬਣਾਇਆ ਗਿਆ ਉਹਨਾਂ ਦੀ ਕੀ ਬੋਲੀ ਸੀ ਜੀ ਕਿਸੇ ਇੱਕ ਏਰੀਆ 1 ਇੰਚ ਵੀ ਜਗ੍ਹਾ ਐਸੀ ਨਹੀਂ ਜਿੱਥੇ ਚੰਡੀਗੜ੍ਹ ਐਗਜ਼ਿਸਟ ਕਰਦਾ ਜਿਨ੍ਹਾਂ ਦੀ ਮਾਂ ਬੋਲੀ ਹਿੰਦੀ ਹੋਵੇ ਸਾਰੇ ਪੰਜਾਬੀ ਬੋਲਦੇ ਇਲਾਕੇ ਸੀ ਔਰ ਉਹ ਪੰਜਾਬ ਦੇ ਨਾਲ ਕਲਚਰਲੀ ਆਈਡੈਂਟੀਫਾਈਡ ਸੀ ਤਾਂ ਲਿੰਗੁਇਸਟਿਕਲੀ ਆਈਡੈਂਟੀਫਾਈਡ ਸੀ ਲੇਕਿਨ ਇੱਕ ਬੜਾ ਗ੍ਰੇਵ ਇਨਜਸਟਿਸ ਪੰਜਾਬ ਦੇ ਨਾਲ ਇਸ ਪੁਆਇੰਟ ਆਫ 뷰 ਤੇ ਕੀਤਾ ਕਿਉਂਕਿ ਲਿੰਗੁਇਸਟਿਕਲੀ ਕ੍ਰੀਏਟ ਕੀਤੀ ਗਈ ਸਟੇਟਾਂ ਹੈਗੀਆਂ ਪੰਜਾਬ ਤੇ ਹਰਿਆਣਾ ਤੋ ਇਸ ਕਰਕੇ ਪੰਜਾਬ ਦਾ ਜਿਹੜਾ ਇਹ ਕੇਸ ਆ ਇਹ ਤਾਂ ਗ੍ਰੇਵ ਇਨਜਸਟਿਸ ਆ ਟੂਵਰਡਸ ਪੰਜਾਬ ਆ ਪੰਜਾਬ ਪੇਰੈਂਟ ਸਟੇਟ ਸੀ ਪੰਜਾਬ ਪੇਰੈਂਟ ਸਟੇਟ ਨਹੀਂ ਇਹ ਸਾਰਾ ਏਰੀਆ ਬਣਾਇਆ ਸੀ ਤੇ ਇੱਥੋਂ ਜਿਹੜੇ ਅਪਰੂਟ ਹੋਇਆ ਉਹ ਸਾਰੇ ਵਿਚਾਰੇ ਪੰਜਾਬੀ ਸੀ ਉਹਨਾਂ ਰੁੱਲਦੇ ਫਿਰਦੇ ਹਲੇ ਤੱਕ ਜੀ ਤੋ ਜਿਸ ਤਰ੍ਹਾਂ ਹੁਣ ਆਂਧਰਾ ਦੀ ਗੱਲ ਆ ਇਸ ਦੇ ਵਿੱਚ ਜਿਹੜਾ ਸਾਰਾ ਰੀਜਨ ਆ ਜਿਹੜਾ ਉਹਨਾਂ ਦੀ ਕੈਪੀਟਲ ਦਾ ਉਹ ਤਲंगाना ਦੇ ਵਿੱਚ ਹੀ ਆ ਜੀ ਤੋ ਮੈਂ ਸਮਝਦਾ ਤਲंगाना ਨੂੰ ਮਿਲਣਾ ਚਾਹੀਦਾ ਔਰ ਲੈਜੀਟਿਮੇਟਲੀ ਮਿਲਣਾ ਚਾਹੀਦਾ ਔਰ ਉਹਨਾਂ ਦਾ ਹੱਕ ਵੀ ਆ ਉਸ ਦੇ ਉੱਤੇ ਜੀ ਔਰ ਉਹ ਕੰਪੈਰੀਟਿਵਲੀ ਬੈਕਵਰਡ ਵੀ ਹੈ ਜੇ ਆਂਧਰਾ ਕੰਪੈਰੀਟਿਵਲੀ ਬੈਟਰ ਆਫ ਹੈ ਇਕਨੋਮਿਕਲੀ ਇੰਡਸਟਰੀਲਾਈਜ਼ਡ ਤਰੀਕੇ ਨਾਲ ਤਾਂ ਉਹ ਹੋਰ ਏਰੀਆ ਲੈ ਕੇ ਡਵੈਲਪ ਕਰ ਸਕਦੇ ਆ ਔਰ ਇਹ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਪਰ ਇੱਕ ਦਲੀਲ ਜਿਹੜੀ ਇਹ ਦਿੱਤੀ ਜਾਂਦੀ ਹੈ ਕਿ ਵੀ ਬਹੁਤ ਸਾਰਾ ਜਿਹੜਾ سرمਾਇਆ ਉਹ ਆਂਧਰਾ ਪ੍ਰਦੇਸ਼ ਵਾਲਾ ਜਿਹੜਾ ਕੋਸਟਲ ਏਰੀਆ ਹੈ ਉਹਦੇ ਲੋਕਾਂ ਨੇ ਉੱਥੇ ਲਾਇਆ ਜਦੋਂ ਜਿਹੜਾ ਹైదరాబాద్ ਆ ਉਹ ਪੂਰੇ ਮੁਲਕ ਦੇ ਇੱਕ ਵੱਡੇ ਵਿਕਸਿਤ ਸ਼ਹਿਰਾਂ ਵਜੋਂ ਉੱਭਰਿਆ ਤੇ ਪੂਰੇ ਸੂਬੇ ਦਾ ਜਿਹੜਾ ਸਰਮਾਇਆ ਉਹਦੇ ਵਿੱਚ ਲੱਗਿਆ ਉਸ ਕਾਰਨ ਕੁਝ ਹਕਤ ਆਂਧਰਾ ਪ੍ਰਦੇਸ਼ ਤਾਂ ਬਣ ਗਿਆ ਕੋਈ ਇਹ ਕੋਈ ਜਿਹੜਾ ਹైదరాబాద్ ਆ ਕੋਈ ਦੇਸ਼ ਤੋਂ ਬਾਹਰ ਤਾਂ ਨਹੀਂ ਜਾ ਰਿਹਾ ਰਹਿ ਤਾਂ ਦੇਸ਼ ਦੇ ਵਿੱਚ ਹੀ ਰਿਹਾ ਇੱਕ ਸੂਬੇ ਨਹੀਂ ਦੂਜੇ ਸੂਬੇ ਚ ਜਾ ਰਿਹਾ ਜਿਹੜੀ ਉਹਨਾਂ ਨੇ ਇਨਵੈਸਟਮੈਂਟ ਕੀਤੀ ਆ ਤਾਂ ਇਸ ਮੁਲਕ ਚ ਹੀ ਰਹਿ ਰਹੀ ਆ ਜੀ ਜੇ ਉਹ ਮਤਲਬ ਉੱਥੇ ਹੈਦਰਾਬਾਦ ਚ ਰਹਿ ਰਹੀ ਆ ਤਾਂ ਉਹਨਾਂ ਦਾ ਜਿਹੜਾ ਜੋ ਵੀ ਉਹਨਾਂ ਦੀ ਇਨਵੈਸਟਮੈਂਟ ਆ ਉਹਨੂੰ ਡਿਪਰਾਈਵ ਥੋੜੋ ਕੀਤਾ ਜਾ ਰਿਹਾ ਉਹ ਤਾਂ ਇੱਕ ਫੀਲਿੰਗ ਇੱਕ ਫੀਲਿੰਗ ਕ੍ਰੀਏਟ ਕੀਤੀ ਜਾ ਰਹੀ ਆ ਤਾਂ ਕਿ ਇੱਕ ਕਿਸਮ ਦੀ ਡਿਸਸੈਟੀਸਫੈਕਸ਼ਨ ਕ੍ਰੀਏਟ ਕੀਤੀ ਜਾਵੇ ਅਗੇਂਸਟ ਦੀ ਪੀਪਲ ਆਫ ਦਿ ਲਗਾਨਾ ਜੀ ਮਹਤਾ ਸਾਹਿਬ ਇਹਦੇ ਮਾਮਲੇ ਚ ਕੀ ਵਿਧੀ ਵਿਵਧਾਨ ਹੋਣਾ ਚਾਹੀਦਾ ਇਹ ਜਿਹੜੇ ਤੁਸੀਂ ਹੈਦਰਾਬਾਦ ਦੀ ਗੱਲ ਕੀਤੀ ਹੈ ਨਾ ਇਹ ਆਪਣੇ ਆਪ ਵਿੱਚ ਬਹੁਤ ਸੰਜੀਦਾ ਮਸਲਾ ਵੇ ਇਤਨਾ ਆਸਾਨ ਨਹੀਂ ਜਿੰਨਾ ਡਾਕਟਰ ਟਿੱਲੋ ਨੇ ਇਹਨੂੰ ਪ੍ਰੋਜੈਕਟ ਕੀਤਾ ਵੇ ਕਿ ਦੇਸ਼ ਵਿੱਚ ਹੀ ਰਹਿਣ ਵਾਲਾ ਉਹ ਮਸਲਾ ਇਹ ਵੇ ਕਿ ਦੋ ਕਿਸਮ ਦੀ ਡਿਵੈਲਪਮੈਂਟ ਦੀਆਂ ਪੌਸਿਬਿਲਿਟੀ ਸਾਡੇ ਸਾਹਮਣੇ ਹੈਗੀਆਂ ਜਿਵੇਂ ਕਿਸੇ ਵੇਲੇ ਪੰਜਾਬ ਜਿਹੜਾ ਸੀ ਉਹ ਸਭ ਤੋਂ ਜ਼ਿਆਦਾ ਪਰ ਕੈਪੀਟਲ ਇਨਕਮ ਵਾਲਾ ਸੂਬਾ ਸੀ ਜੀ ਉਸ ਦਾ ਮੁੱਖ ਕਾਰਨ ਸੀ ਕਿ ਇੱਕ ਵਾਈਡਲੀ ਡਿਫਿਊਜ਼ਡ ਪ੍ਰੋਸਪਰਿਟੀ ਫਾਰ ਸਮ ਟਾਈਮ ਜਿਸ ਦੇ ਬਹੁਤ ਲੋਕਾਂ ਦੇ ਨੇੜੇ ਨੇੜੇ ਦੀਆਂ ਇਨਕਮਸ ਹਨ ਜੀ ਬਹੁਤ ਅਮੀਰ ਨਹੀਂ ਸਨ ਜੀ ਇੰਡਸਟਰੀ ਤੇ ਐਗਰੀਕਲਚਰ ਦਾ ਇੱਕ ਫੰਡਾਮੈਂਟਲ ਡਿਫਰੈਂਸ ਹੈ ਇਹ ਕਿ ਐਗਰੀਕਲਚਰ ਵਿੱਚ ਜਿਸ ਜਿਹੜੇ ਡਿਵੈਲਪਮੈਂਟ ਹੁੰਦੀ ਹੈ ਉਹ ਸਬਸਟੈਂਸ਼ੀਅਲੀ ਡਿਫਿਊਸਡ ਹੁੰਦੀ ਹੈ ਬਹੁਤ ਸਾਰੇ ਲੋਕਾਂ ਕੋਲ ਉਸ ਦਾ ਬੈਨੀਫਿਟ ਜਾਂਦਾ ਹੈ ਜੀ ਇੰਡਸਟਰੀ ਵਿੱਚ ਜਿਹੜਾ ਮੇਨ ਇਨਕਮ ਜਿਹੜਾ ਸੋਰਸ ਹੈ ਉਹ سرمایہਦਾਰ ਕੋਲ ਜਾਂਦਾ ਜਿਹੜਾ ਕਿ ਇਨਵੈਸਟਰ ਹੈ ਜੀ ਮਤਲਬ ਕੁੱਲ ਮਿਲਾ ਕੇ ਸੂਬੇ ਦੇ ਵਿੱਚ ਪੈਸਾ ਆਉਂਦਾ ਪਰ ਕੁਝ ਲੋਕਾਂ ਕੋਲ ਆਉਂਦਾ ਇੱਕ ਤਾਂ ਖੇਤੀ ਦੇ ਮਾਮਲੇ ਦੇ ਵਿੱਚ ਜ਼ਿਆਦਾ ਲੋਕਾਂ ਕੋਲ ਇੱਕ ਤਾਂ ਫਰਕ ਹੈ ਜੀ ਦੂਸਰਾ ਫਰਕ ਹੈ ਵੇ ਬੜਾ ਬਹੁਤ ਵੱਡਾ ਫਰਕ ਹੈ ਵੇ ਦੂਸਰਾ ਕਿ ਜਿਸ ਲਈ ਵੱਡੇ ਸ਼ਹਿਰ ਡਿਵੈਲਪ ਹੋ ਜਾਂਦੇ ਨੇ ਚੰਡੀਗੜ੍ਹ ਤਾਂ ਐਵੇਂ ਐਵੇਂ ਛੋਟਾ ਜਿਹਾ ਪਿੰਡ ਜਿਹਾ ਹੀ ਸੀਗਾ ਜਿਸ ਵੇਲੇ ਇੱਕ ਝਗੜਾ ਸ਼ੁਰੂ ਹੋਇਆ ਬਈ ਵੈਰੀ ਸਮਾਲ ਪਾਪੂਲੇਸ਼ਨ 1 ਲੱਖ ਵੀ ਨਹੀਂ ਸੀ ਹైదరాబాద్ ਤਾਂ ਇੱਕ ਇਤਨਾ ਵੱਡਾ ਡਿਵੈਲਪ ਸ਼ਹਿਰ ਹੈ ਉਹ ਸਿਕੰ德ਰਾਬਦ ਵੀ ਉਹਦੇ ਨਾਲ ਜੁੜ ਗਿਆ ਤੇ ਹੁਣ ਇੱਕ ਹੋਰ ਸ਼ਹਿਰ ਬਿਲਕੁਲ ਉਹਦੇ ਨਾਲ ਜੁੜਨ ਵਾਲਾ ਹੈ ਉਹ ਤੇ ਇੱਕ ਪੂਰਾ ਮੈਟਰੋਪੋ ਮੈਟਰੋ ਬਣਨ ਵਾਲਾ ਹੈ ਜਿੱਥੇ ਤੱਕ ਉਹ ਪਹੁੰਚ ਗਿਆ ਉੱਥੇ ਇਨਕਮ ਵੀ ਸਟੇਟ ਨੂੰ ਬਹੁਤ ਹੁੰਦੀ ਹੈ ਇਸ ਸੂਬੇ ਦੀ ਜਿਹੜੀ ਤੇਲੰਗਾਨਾ ਦੀ ਖਾਸ ਸਮੱਸਿਆ ਹੋਏਗੀ ਆਉਣ ਵਾਲੇ ਸਮੇਂ 'ਚ ਇਹ ਹੈ ਵੀ ਬਹੁਤ ਸਾਰੇ ਲੋਕਾਂ ਨੂੰ ਤੇ ਸ਼ਰਮਾਇਆ ਤਾਂ ਲਗਾਤਾ ਆਂਧਰਾ ਦੇ ਜਿਹੜੇ ਕਿਸਾਨ ਸਨ ਜਿਹੜੇ ਵੱਡੇ ਵੈਲ ਟੂ ਧੂ ਕਿਸਾਨ ਸਨ ਉਹਨਾਂ ਨੇ ਵੀ ਬਹੁਤ ਸਾਰੀਆਂ ਪ੍ਰਾਪਰਟੀਆਂ ਖਰੀਦ ਲਈਆਂ ਜਿਸ ਨੇ ਚੰਡੀਗੜ੍ਹ ਵਿੱਚ ਵੀ ਪੰਜਾਬ ਦੇ ਮਾਲਵੇ ਦੇ ਕੁਝ ਲੋਕ ਜਿਹਨਾਂ ਕੋਲ ਚਾਰ ਪੈਸੇ ਫालतू ਸੀਗੇ ਉਹਨਾਂ ਨੇ ਸ਼ੋਰੂਮ ਬਣਾ ਲਏ ਕੁਝ ਹੋਰ ਕਰ ਲਿਆ ਇਸ ਤਰੀਕੇ ਨਾਲ ਉੱਥੇ ਬਹੁਤ ਜ਼ਿਆਦਾ ਕਨਸੈਂਟਰੇਸ਼ਨ ਹੈ ਤੇ ਉੱਥੇ ਟੈਕਸ ਸਟੇਟ ਨੂੰ ਕਾਫੀ ਮਿਲਦਾ ਜਿ ਜਦੋਂ ਵੀ ਕੋਈ ਵੱਡਾ ਸ਼ਹਿਰ ਹੋਵੇ ਹੁਣ ਅੰਦਰ ਇਸ ਤੇਲੰਗਾਨਾ ਨੂੰ ਇੱਕ ਬੈਨੀਫੀਟ ਹੈ ਇਹ ਗੱਲ ਕਿ ਅਗਰ ਸੱਚੀ ਮੂਚੀ ਕੋਈ ਇੱਕ ਪ੍ਰੋ ਪੀਪਲ ਗਵਰਨਮੈਂਟ ਉਥੇ ਇਲੈਕਟ ਹੋ ਜਾਏ ਬਾਈ ਚਾਂਸ ਹੈ ਤੇ ਨਹੀਂ ਕੋਈ ਦੇਸ਼ ਵਿੱਚ ਮੈਨੂੰ ਤਾਂ ਕੋਈ ਪ੍ਰੋ ਪੀਪਲ ਸੈਟ ਲੱਗਦਾ ਨਹੀਂ ਕਿ ਸਿਆਸਤਦਾਨ ਤੇ ਉਹੀ ਨੇ ਜਿਹੜੇ ਪਹਿਲਾਂ ਇਹ ਅਗਰ ਉਹ ਹੋ ਜਾਏ ਜੀ ਤਾਂ ਇਸ ਪੈਸੇ ਨੂੰ ਐਗਰੀਕਲਚਰ ਡਵੈਲਪਮੈਂਟ ਲਈ ਵੀ ਯੂਜ਼ ਕਰ ਸਕਦੇ ਆ ਜੇ ਕੁੱਲ ਮਿਲਾ ਕੇ ਨਵੇਂ ਸੂਬੇ ਕੋਲ ਛੱਡ ਕੇ ਸ਼ਹਿਰ ਵਾਂਗ ਆਣਾ ਨਾ ਮਤਲਬ ਕੁੱਲ ਮਿਲਾ ਕੇ ਆ ਕਿ ਨਵੇਂ ਸੂਬੇ ਕੋਲ ਜਿਹੜੀ ਚੋਖੀ ਆਮਦਨ ਹੋਏਗੀ ਉਸ ਸ਼ਹਿਰ ਦੇ ਕਾਰਨ ਜਿਹਦੇ ਜਿਹਦੀ ਉਹ ਵਿਕਾਸ ਚ ਵਰਤੋਗਾ ਲੇਕਿਨ ਤਾਂ ਮੁਸ਼ਕਲ ਬਹੁਤ ਹੈ ਮੁਸ਼ਕਲ ਇਸ ਕਰਕੇ ਪਾਣੀ ਦਾ ਮਸਲਾ ਉੱਥੇ ਆ ਜਾਣਾ ਹੈ ਨਾ ਖੇਤੀ ਵਿੱਚ ਇਸ ਮਸਲੇ ਬੜੀ ਪਾੜੀ ਹੈ ਪਾਣੀ ਦੇ ਸੋਰਸਸ ਨਹੀਂ ਆ ਉਹਨਾਂ ਕੋਲ ਜ਼ਿਆਦਾ ਜੀ ਪਾਣੀ ਦੀ ਹైదరాబాద్ ਸ਼ਹਿਰ ਦੇ ਪਾਣੀ ਦਾ ਇੰਨਾ ਬੁਰਾ ਹਾਲ ਹੈ ਸ਼ਹਿਰ ਤੋਂ ਮੈਂ ਦੇਖਿਆ ਬੜੇ ਕੋਈ 10 15 ਕਿਲੋਮੀਟਰ ਦੂਰ ਇਕੋ ਬੜਾ ਵੱਡਾ ਟੈਂਕ ਬਣਾਇਆ ਕਿੰਨੀ ਮੁਸ਼ਕਲ ਨਾਲ ਉਥੇ ਲੈ ਕੇ ਆਂਦੇ ਸਾਡਾ ਇੱਕ ਦੋਸਤ ਉਥੇ ਮਿਊਨਿਸਪਲ ਕਮਿਸ਼ਨਰ ਸੀਗਾ ਆਈਐਸ ਅਫਸਰ ਮੈਂ ਉਹਨੂੰ ਪੁੱਛਿਆ ਮੈਂ ਕਿ ਸਾਡੇ ਕੋਲ ਕਾਨਫਰੰਸ ਹੋ ਰਹੀ ਹੈ ਸਾਡੇ ਨੂੰ ਤਾਂ ਪਾਣੀ ਦੀ ਕੋਈ ਦਿੱਕਤ ਨਹੀਂ ਹੋਈ ਉਹ ਕਹਿੰਦਾ ਇਸ ਕਰਕੇ ਨਹੀਂ ਹੋਈ ਤੁਹਾਨੂੰ ਕਿ ਅਸੀਂ ਪਾਣੀ ਉਹਨੂੰ ਸਪੈਸ਼ਲੀ ਦਿੱਤਾ ਹੁ ਸਰ ਉਹਨਾਂ ਦੇ ਨਾਲ ਲੀਕ ਮੈਂ ਵੀ ਟੀਚਰ ਨੇ ਉਹ ਤੋਂ ਟੀਚਰ ਦੀ ਕਾਨਫਰੰਸ ਸੀ ਸੋ ਬੜਾ ਬਹੁਤ ਕੰਪਲਿਕੇਟਿਡ ਮਸਲਾ ਵੇ ਇਸ ਤੋਂ ਅਸੀਂ ਇਤਨਾ ਕੁਝ ਨਹੀਂ ਸਿੱਖ ਸਕਦੇ ਕਿ ਜਿਸ ਤੋਂ ਸਾਨੂੰ ਇੱਕ ਮੈਗਾ ਥਿਊਰੀ ਡਿਵੈਲਪ ਕਰ ਸਕੀ ਜਾਂ ਮਿਡਲ ਲੈਵਲ ਦੀ ਥਿਊਰੀ ਹਿੰਦੁਸਤਾਨ ਦੇ ਕਨਟੈਕਸਟ ਵਿੱਚ ਦੇਖੀ ਯੂਰਪ ਤੋਂ ਸਿੱਖਣ ਵਾਲੀ ਗੱਲ ਇੱਕ ਤਾਂ ਜਿਹੜੀ ਡਾਕਟਰ ਠੱਲੋਂ ਨੇ ਕਹੀ ਉਹ ਬੜੀ ਇੰਪੋਰਟੈਂਟ ਹੈ ਉਹ ਦੇਸ਼ ਤਾਂ ਵੱਖਰੇ ਬਣ ਗਏ ਜੀ ਉਸ ਰੰਗ ਇਹ ਨਹੀਂ ਕਿ ਦੇਸ਼ ਦੇ ਵਿੱਚ ਰਹਿ ਰਹੇ ਤੇ ਕੋਈ ਫਰਕ ਨਹੀਂ ਪੈਂਦਾ ਜੀ ਦੇਸ਼ ਦੇ ਵਿੱਚ ਉਹ ਰਹਿਣ ਦੇ ਬਾਅਦ ਹੈ ਜਿਸ ਵੇਲੇ ਉਹਨਾਂ ਨੇ ਬਿਲਕੁਲ ਛੋਟੇ ਛੋਟੇ ਕੰਟਰੀਸ ਹਨ ਉਹ ਆਪਸ ਵਿੱਚ ਉਹਨਾਂ ਦਾ ਟ੍ਰੇਡ ਵੀ ਕਾਫੀ ਸੀ ਉਹਨਾਂ ਦਾ ਆਣ ਜਾਣ ਵੀ ਕਾਫੀ ਸੀ ਆਣ ਜਾਣ ਦੀਆਂ ਸਹੂਲਤਾਂ ਵੀ ਬੜੀਆਂ ਸਨ ਜਿਹੜੀਆਂ ਕਿ ਹੁਣ ਪੰਜਾਬ ਦੇ ਲੋਕਾਂ ਹੀ ਮੰਗਦੇ ਆ ਕਿ ਪਾਕਿਸਤਾਨ ਵਿੱਚ ਸਾਨੂੰ ਆਣਾ आसान होवे उधर भी वाले लोग भी मांगते हैं दरबारी लोग वो बहुत आसान थी लेकिन बहुत छोटे देश होन उन कर के उनों दी बहुत एनर्जी ए दे ऊपर वेस्ट हुंदी सी और बड़ी मैन पावर लगानी पेंदी सी उनों नु उस काम ले तो उनों ने काफी सारे मुल्कों ने दी करेंसी भी बना ली सारे ने नहीं बनाई लेकिन यूरोप दे साडे नाल एक फंडामेंटल डिफरेंस है फंडामेंटल डिफरेंस है वे के डेमोक्रेसी इंडस्ट्रियलाइजेशन दे नाल आई है उथे ਜੀ ਉਸ ਦੇ ਵਿੱਚ ਜਿਹੜੇ ਲੰਬਾ ਪੀੜਾ ਜਿਹੜਾ ਸਟਰਗਲ ਦਾ ਸੀ ਬਾਉਂਡਰੀਆਂ ਡਿਸਾਈਡ ਹੋਣ ਦਾ ਉਹ ਲੜਾਈਆਂ ਨਾਲ ਹੋਈਆਂ ਜੀ ਬੜੀਆਂ ਲੜਾਈਆਂ ਹੋਈਆਂ ਯੂਰਪ ਵਿੱਚ ਸਾਨੂੰ ਤਾਂ ਸਿਰ ਦੋ ਵੱਡੀਆਂ ਲੜਾਈਆਂ ਦੀ ਯਾਦ ਹੈ ਜਿਹੜੀਆਂ ਜਿਹਦੇ ਬਲੌਕਸ ਬਣੇ ਹੋਏ ਸਨ ਉਹ ਬਲੌਕਸ たら ਕਿੰਨੀਆਂ ਹੀ ਲੜਾਈਆਂ ਹੋਈਆਂ ਲੜਾਈਆਂ ਨਾਲ ਕੁਝ ਕੁ ਇੰਚ ਪਿੱਛੇ ਲੜਾਈ ਹੁੰਦੀ ਰਹੀ ਉੱਥੇ ਬੰਦੇ ਮਰਦੇ ਬਹੁਤ ਰਹੇ ਜੀ ਯੂਰਪ ਨੂੰ ਅਸੀਂ ਮਾਡਲ ਨਹੀਂ ਸਮਝਦੇ ਯਾਨੀ ਇਹ ਕੈਪਟਲਿਜ਼ਮ ਦੇ ਨਾਲ ਹੀ ਜਿਹੜਾ ਇਨਸਾਨ ਦੇ ਵਿੱਚ ਲੋਭ ਵਾਜ ਜਾਂਦਾ ਨਾ ਜੀ ਉਹ ਇੱਕ ਕਲੈਕਟਿਵ ਲੋਭ ਦੇ ਤੌਰ ਤੇ ਇੱਕ ਸਾਂਝਾ ਜਿਹੜਾ ਉੱਥੇ ਤੇ ਗਰੀਡ ਉਹ ਪੈਦਾ ਕਰਦਾ ਵੇ ਇਸ ਕਿਸਮ ਦੇ ਹਾਲਾਤ ਜੀ ਅ ਕਮਲਪ੍ਰੀਤ ਜਿਵੇਂ ਰਾਜਧਾਨੀ ਦਾ ਜਿਹੜਾ ਮਸਲਾ ਹੈ ਜੜੀਆਂ ਬਾਕੀ ਜਗ੍ਹਾ ਦੇ ਮੰਗ ਹੋ ਰਹੀ ਹੈ ਗੁਰਖਾ ਲੈਂਡ ਦੇ ਮਾਮਲੇ ਦੇ ਵਿੱਚ ਇਸ ਕਿਸਮ ਦਾ ਸਵਾਲ ਨਹੀਂ ਹੈ ਬੋਡੋ ਲੈਂਡ ਦੇ ਮਾਮਲੇ ਦੇ ਵਿੱਚ ਇਸ ਕਿਸਮ ਦਾ ਸਵਾਲ ਨਹੀਂ ਹੈ ਅ ਬੰਦੇਲਖੰਡ ਦੇ ਮਾਮਲੇ ਦੇ ਵਿੱਚ ਇਹ ਸਵਾਲ ਨਹੀਂ ਹੈ ਹਰਿਤ ਪ੍ਰਦੇਸ਼ ਦੇ ਮਾਮਲੇ ਚ ਸਵਾਲ ਨਹੀਂ ਹੈ ਕਿ ਰਾਜਧਾਨੀ ਕਿਵੇਂ ਹੋਏਗੀ ਕਿਉਂਕਿ ਉਹ ਰਾਜਧਾਨੀ ਤਾਂ ਦੂਰਲੇ ਇਲਾਕੇ ਨੇ ਕੀ ਉੱਥੇ ਜਲਦੀ ਹੋ ਸਕਦਾ ਹੈ ਫੈਸਲਾ ਹਾਂ ਉੱਥੇ ਜਲਦੀ ਹੋ ਸਕਦਾ ਹੈ ਦੂਸਰਾ ਹਾਇਦਰਾਬਾਦ ਇੱਕ ਆਈਟੀ ਹੱਬ ਵੀ ਹੈ ਜੀ ਇੱਥੇ ਮਾਡਰਨ ਟੈਕਨੋਲੋਜੀ ਐਂਡ ਜੋ ਉਹਦਾ ਆਪਾਂ ਉਸੇ ਗੱਲ ਦੇ ਵਿੱਚ ਲੈ ਲੈਣੇ ਆ ਕਿ ਉੱਥੇ ਬਹੁਤ ਸਾਰਾ ਪੈਸਾ ਲੱਗਿਆ ਜਿਹਦੇ ਕਾਰਨ ਨਾਮਦਨ ਹੁੰਦੀ ਹੈ ਨੌਕਰੀ ਹੁੰਦੀ ਹੈ ਸੋ ਦੈਟ ਇਜ਼ ਵਾਈ ਉਹ ਹਾਈਦਰਾਬਾਦ ਦੀ ਜਿਹੜੀ ਪੋਜੀਸ਼ਨ ਹੈ ਜਾਂ ਜਿਹੜਾ ਇਹਦੇ ਉੱਪਰ ਡਿਬੇਟ ਚੱਲੇਗੀ ਇਹ ਇੰਨਾ ਸਿੰਪਲ ਨਹੀਂ ਹੈ ਇਟ ਇਜ਼ ਗੋਇੰਗ ਟੂ ਇਫੈਕਟ ਦੈਟ ਰੀਜਨ ਐਂਡ ਦ ਹੋਲ ਕੰਟਰੀ ਫॉर ਮਨੀ ਮਨੀ ই ਜੋ 10 ਸਾਲ ਦਾ ਇਹਨਾਂ ਦਾ ਹੈ ਟਾਈਮ ਮੰਗਿਆ ਹੈ ਇਹਦੇ ਨਾਲ ਹੋਰ ਪ੍ਰੋਬਲਮਸ ਬਹੁਤ ਆਉਣ ਗਿਆ ਇਹ ਮਸਲਾ ਜਲਦੀ ਸੈਟਲ ਕਰਨਾ ਚਾਹੀਦਾ ਹੈ ਕਿ ਰਾਜਧਾਨੀ ਦੇ ਬਾਰੇ ਸੈਟਲ ਕਰਨਾ ਚਾਹੀਦਾ ਪਰ ਇਹ ਜਲਦੀ ਸੈਟਲ ਨਹੀਂ ਹੋਏਗਾ ਜਿਹੜੀ ਉਹ ਹੱਦ ਹੈ ਉਹ 10 ਸਾਲ ਤੋਂ 15 ਸਾਲ 15 ਸਾਲ ਤੋਂ 20 ਸਾਲ ਤੇ ਇਹ ਇਦਾਂ ਨਹੀਂ ਹੋ ਸਕਦਾ ਆਈ ਥਿੰਕ ਐਂਡ ਐਂਡ ਆਈ ਆਈ ਹੋਪ ਆਮ ਰੋਂਗ ਬਟ ਅਨਫੋਰਚਨਟਲੀ ਮੈਨੂੰ ਇਹ ਲੱਗਦਾ ਕਿ ਜੋ ਇਹਨਾਂ ਨੇ ਫਿਗਰ ਦਿੱਤੀ ਹੈ 900 ਬੰਦੇ ਮਰੇ ਸ਼ਾਇਦ ਹਾਈਦਰਾਬਾਦ ਦੇ ਲਈ ਮੈਨੀ ਦੇ ਵਿਲ ਬੀ ਮੋਰ ਲਾਸ ਆਫ ਲਾਈਫ ਐਂਡ ਵੇਸਟ ਕਿਉਂਕਿ ਹైదరాబాద్ ਇੱਕ ਐਦਾਂ ਦਾ ਸ਼ਹਿਰ ਸੀ ਜਿਹਦੇ ਕਾਰਨ ਜਿਆਦਾ ਜਿਹੜੀ ਰਿਲੈਕਟੈਂਸ ਸੀ ਉਹ ਪੋਲਿਟੀਕਲ ਜਮਾਤ ਦੇ ਵਿੱਚ ਵੀ ਜੋ ਵਪਾਰੀ ਤਬਕਾ ਉਹਦੇ ਵਿੱਚ ਵੀ ਸੀਗੀ ਕਿ ਇਹ ਤੋਂ ਬਾਅਦ ਕੀ ਹੋਣਾ ਹੈ ਮੈਨੂੰ ਇਹ ਲੱਗਦਾ ਹੈ ਕਿ ਜਦ ਇਸ ਗਵਰਨਮੈਂਟ ਨੂੰ ਪਤਾ ਹੈ ਸਕਸੈਸਿਵ ਗਵਰਨਮੈਂਟਸ ਨੂੰ ਪਤਾ ਸੀ ਕਿ ਤੇਲੰਗਾਨਾ ਦੀ ਡਿਮਾਂਡ ਇੰਨੀ ਸਟਰੋਂਗ ਹੈ ਐਂਡ ਇਹ ਸ਼ਾਇਦ ਹਾ ਵੀ ਹੋ ਜਾਏ ਇਸ ਸੈਪਰੇਟ ਸਟੇਟ ਲਈ ਤਾਂ ਇੰਨੇ ਸਾਲ 57 ইয়ার্স ਜਾਂ ਚਲੋ ਲਾਸਟ 20 ইয়ার্স ਵਿੱਚ ਵੀ ਕੋਈ ਦੂਸਰਾ ਕੈਪੀਟਲ ਸਟੇਟ ਬਣਾਉਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਗਈ ਕਿ ਥੋੜਾ ਜਿਹਾ ਜੋ ਇਕਨੋਮੀ ਹੈ ਜਾਂ ਜੋ কনসেনট্রেশন অফ ਵੈਲਥ ਹੈ ਉਹਨੂੰ ਪੂਰੇ ਆਂਧਰਾ ਵਿੱਚ ਡਿਸਪਰਸ ਕੀਤਾ ਜਾਏ so that ਇੰਨਾ ਜ਼ਿਆਦਾ ਹੀ ਪ੍ਰੋਬਲਮ ਨਾ ਹੋਏ ਜਦ ਰਾਜਧਾਨੀ ਬਣਾਉਣ ਦੀ ਗੱਲ ਹੋਏ ਸੋ ਇਹਦੇ ਵਿੱਚ ਆਈ ਥਿੰਕ ਪਰ ਜੇ ਇਸ ਕਿਸਮ ਨਾਲ ਵਿਕਾਸ ਹੋ ਪਾਉਂਦਾ ਕਿ ਵੀ ਰਾਜਧਾਨੀ ਦੇ ਵਿੱਚ ਕੇਂਦਰਿਤ ਹੋਣ ਦੀ ਬਜਾਏ ਪੂਰੇ ਸੂਬੇ 'ਚ ਹੋਵੇ ਤਾਂ ਸ਼ਾਇਦ ਜਿਹੜੀ ਮੰਗ ਵੀ ਸੂਬਿਆਂ ਦੀ ਵੱਖਰੇ ਵੱਖਰੇ ਸੂਬਿਆਂ ਦੀ ਘੱਟ ਹੋਵੇਗੀ ਕਿਉਂਕਿ ਇਹ ਤਾਂ ਇੱਕ ਹੈ ਨਾ ਕਿ ਇਹ ਹੋ ਵੀ ਨਹੀਂ ਹੈ ਨਵੀਂ ਪਾਲਿਸੀ ਵੀ可能 ਨਹੀਂ ਹੈ ਇੱਥੇ ਇਨਵੈਸਟਰ ਜਿਹੜਾ ਵੇ ਹੀਰ ਦੇ ਕਿੰਗ ਜੀ ਮਸਲ ਉਸ ਦੇ ਸਰਕਾਰ ਕਿੰਗ ਨਹੀਂ ਹੈ ਕਿਨ ਇਨਵੈਸਟਰ ਹੈ ਜਿਸ ਨੇ ਉਸ ਦੀ ਮਰਜ਼ੀ ਜਿੱਤੇ ਮੰਡੀ ਦਾ ਸੈ ਲੈ ਗਏ ਗਵਰਨਮੈਂਟ ਨੇ ਬੈਕ ਸੀਟ ਲੈ ਲੀ ਪੈਸਾ ਬਾਹਰ ਜਾ ਰਿਹਾ ਹੈ ਆ ਨਹੀਂ ਰਿਹਾ ਜਾ ਰਿਹਾ ਤੇ ਗਵਰਨਮੈਂਟ ਨੇ ਬੈਕ ਸੀਟ ਲੈ ਲਈਏ ਤੇ ਕੈਪਟਲਿਸ ਨੂੰ ਅੱਗੇ ਕਰਦਾ ਹੈ जी. and we have confused politics with uh, economy ya onu mix kar liya apne apne selfish interest layi ode naal ae problems ta agiyan ji ida bada matlab hor vi pachida ho gaya masla ki vi jehda vikas hai kithe hovega kiven hovega oh punjibadi tay kar reha hai te assi oda hal jehda vakhre vakhre subbe banawan ch labh rahe haan haan ji e mixture ho gaya between politics and economy because economy di development nal hi ya na develop ik region cha nahi develop hunda taadi thode kol problems agge aundiyan ਮੈਨੂੰ ਲੱਗਦਾ ਕਮਲਪ੍ਰੀਤ ਜਿਹੜੀ ਪੋਲਿਟ ਪੋਲੀਟੀਕਲ ਸਾਇੰਟਿਸਟ ਨੇ ਉਹਨਾਂ ਦੀ ਸਿਰਦਰਦੀ ਹੋਰ ਵੱਧ ਗਈ ਹੈ ਕਿ ਇੱਕ ਇਹ ਵੀ ਤੱਤ ਨੇ ਜਿਨ੍ਹਾਂ ਨੂੰ ਧਿਆਨ ਚ ਰੱਖਿਆ ਜਾਣਾ ਚਾਹੀਦਾ ਹੈ ਜੋ ਇਹਨੂੰ ਕਿਵੇਂ ਸਮਝਿਆ ਜਾਵੇ ਹਾਂਜੀ 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 ਡਿਵੈਲਪਮੈਂਟ ਇਜ਼ ਡਾਇਰੈਕਟਲੀ ਕਨੈਕਟਿਡ ਵਿਦ ਪੋਲਿਟਿਕਸ ਆਫ ਐਨ ਏਰੀਆ ਐਂਡ ਵਾਈਸ ਵਰਸਾ ਟਿਲੋਂ ਸਾਹਿਬ ਇਹਨੂੰ ਕਿਵੇਂ ਨਜਿੱਠਿਆ ਜਾਏ ਇਸ ਮਸਲੇ ਨੂੰ ਦੇਖੋ ਇਸ ਨੂੰ ਨਜਿੱਠਣ ਦਾ ਤਾਂ ਬੜਾ ਸਿੰਪਲ ਤਰੀਕਾ ਹੈਗਾ ਜਿਹੜੀ ਪੋਲੀਟੀਕਲ ਲੈਵਲ ਦੇ ਉੱਤੇ ਡਿਸੀਜਨਸ ਹੈਗੇ ਹਨ ਉਹ ਬੜੀ ਮਤਲਬ ਓਨੈਸਟਲੀ ਲੈਣੇ ਚਾਹੀਦੇ ਆ ਉਹ ਲਏ ਨਹੀਂ ਜਿਸ ਤਣ ਤੇ ਲਗਾ ਤਬਾਦ ਪਾਈ ਸਾਹਿਬ ਨੂੰ ਇਸ ਤੇ ਡਿਸੀਜਨ ਉਹਨਾਂ ਨੇ ਕਮਿਟ ਕੀਤਾ ਸੀ ਤਿਲਗਾਨਾ ਲਈ ਲੇਕਿਨ ਉਹਨਾਂ ਨੇ ਕੋਈ ਡਿਸੀਜਨ ਨਹੀਂ ਲਿਆ ਕਾਂਗਰਸ ਨੇ ਪਿਛਲੇ ਦਿਨਾਂ ਦੇ ਵਿੱਚ ਕਹਿਤਾ ਸੀਗਾ ਮੁੜ ਕੇ ਫੇਰ ਪਿੱਛੇ ਆੜ ਗਏ ਆ ਜੋ ਵੀ ਡਿਲੀ ਡੈਲਿੰਗ ਕਰਦੇ ਰਹੇ ਜੀ ਟੀਡੀਪ ਹਮੇਸ਼ਾ ਹੀ ਉਹਨੂੰ ਇਹ ਰਿਹਾ ਕਿ ਮੈਂ ਨਾਲ ਜਾਵਾਂ ਨਾ ਜਾਵਾਂ ਪੋਲਿਟਿਕਸ ਦੀ ਫੁੱਟਬਾਲ ਰਿਹਾ ਜੀ ਹੁਣ ਵੀ ਮਤਲਬ ਮੇਬੀ ਪੋਲਿਟਿਕਲ ਰੀਜਨਸ ਦੇ نو ਇਟ ਬੈਸਟ ਤੋ ਉਹ ਮਤਲਬ ਕਾਰਨ ਹੈ ਇੱਕ ਕਿ ਗੱਲ ਨੂੰ ਬਹੁਤਾ ਲਮਕਾ ਦੇਣਾ ਔਰ ਲਮਕਾਉਣ ਤੋਂ ਬਾਅਦ ਉਹਨੂੰ ਪੇਚੀਦਾ ਬਣਾ ਦੇਣਾ ਔਰ ਲੋਕਾਂ ਦੇ ਇਮੋਸ਼ਨਸ ਇਨਵੋਲਵ ਕਰ ਲੈਣੇ ਔਨ ਐਨੀ ਯੂ نو ਕੰਪਲੈਕਸ ਜਿਹੜੀ ਪ੍ਰੋਬਲਮ ਆ ਹਿੰਦੁਸਤਾਨ ਦੀ ਤੋਂ ਇਸੇ ਤਰੀਕੇ ਨਾਲ ਲਗਾਣਾ ਨਾਲ ਹੋਇਆ ਇੰਨਾ ਖੂਨ ਖਰਾਬਾ ਹੋਇਆ ਇਨੇ ਬੱਚੇ ਮਰ ਗਏ ਛੋਟੇ ਛੋਟੇ ਜਿਹੜੇ ਕਾਲਜਾਂ ਚ ਪੜਦੇ ਸੀ ਸਕੂਲਾਂ ਦੇ ਵਿੱਚ ਪੜਦੇ ਸੀ ਔਰ ਉਸ ਤੋਂ ਬਾਅਦ ਹਜ਼ਾਰਾਂ ਕਰੋੜਾਂ ਦਾ ਨੁਕਸਾਨ ਹੋ ਗਿਆ ਪ੍ਰਾਪਰਟੀ ਦਾ ਜਿਹੜੇ ਬੁਕਿੰਗ ਆਰਸ ਗਏ ਉਹ ਵਾਲਾ ਉਹ ਤਾਂ ਮਤਲਬ ਪੁੱਛੋ ਹੀ ਨਾ ਇਨ ਸਰਮਾਉਟੇਬਲ ਲਾਸ ਜਿਹੜਾ ਹੈਗਾ ਤੋਂ ਇਹ ਜਿਹੜਾ ਡਿਸੀਜਨ ਸੀਟ ਐਨਡੀਏ ਨੂੰ ਲੈਣਾ ਚਾਹੀਦਾ ਜੀ ਔਰ ਇਸ ਦੇ ਵਿੱਚ ਮੈਂ ਤਾਂ ਬੜਾ ਵਲੰਟਰੀ ਕਹੂੰਗਾ ਬੀਜਪੀ ਦੀ ਬੇਈਮਾਨੀ ਹੈ ਕਿ ਉਹਨਾਂ ਨੇ ਉਸ ਵੇਲੇ ਇਹ ਡਿਸੀਜਨ ਨੂੰ ਡਿਲੇ ਕੀਤਾ ਉਸ ਵੇਲੇ ਲੈਂਦੇ ਨਾਲ ਇਸ ਦੇ ਫਰੂਟਸ ਦੇ ਸ਼ੁੱਡ ਹੈਵ ਗਾਟ politically स्पेशਲੀ ਉਹਨੇ ਸ਼ੁਰੂ ਕਿਹਾ ਸੀ ਕਿ ਵੀ ਵਿਲ ਗੋ ਇਨ ਫॉर ਸਮਾਲਰ ਸਟੇਟਸ ਸਮਾਲਰਸਟ ਬਟ ਉਹ ਕਹਿੰਦੇ ਕੁਛ ਹੈ ਔਰ ਉਹਨਾਂ ਦੀ ਇੰਟੈਂਸ਼ਨ ਕੁਛ ਹੈ ਜੀ ਹੁਣ ਵੀ ਮਤਲਬ ਦੇ ਸੇ ਕਿ ਅਸੀਂ ਸਮਾਲਰ ਸਟੇਟਸ ਲਈਆਂ ਲੇਕਿਨ ਜਦੋਂ ਕੋਈ ਗੱਲ ਆਉਂਦੀ ਆ ਹੁਣ ਮਤਲਬ ਰਾਤ ਵੀ ਇਹੀ ਡਿਬੇਟ ਸੀ ਤਾਂ ਜਿਹੜੀ ਯੂਪੀ ਨੂੰ ਯੂਪੀ ਦੀ ਡਿਵੀਜ਼ਨ ਦੀ ਗੱਲ ਆ ਉਹ ਕਹਿੰਦੇ ਜੀ ਉੱਥੇ ਫੰਡਸ ਨਹੀਂ ਜਾਂਦੇ ਕਿਉਂਕਿ ਉਹ ਬਹੁਤ ਉਹ ਏਰੀਆਜ਼ ਬਹੁਤ ਦੂਰ ਆ ਕੈਪੀਟਲ ਤੋਂ ਮਤਲਬ ਇਸ ਕਿਸਮ ਦੀ ਆਰਗੂਮੈਂਟ ਦਿੰਦੇ ਆ ਉਹ ਇਸ ਗੱਲ ਹੀ ਕਦੇ ਵੀ ਇੰਟਰਸਟਿਡ ਨਹੀਂ ਕਿ ਹਿੰਦੁਸਤਾਨ ਦੇ ਛੋਟੇ-ਛੋਟੇ ਸੂਬੇ ਹੋਣੇ ਚਾਹੀਦੇ ਆ ਔਰ ਇਹੀ ਆਈਡੀਆ ਹੈ ਗਾਂਧੀ ਵਾਲਾ ਜੀ ਕਿ ਡੀਸੈਂਟਰਲਾਈਜ਼ੇਸ਼ਨ ਹੋਵੇ ਫੈਡਰਲ ਸਿਸਟਮ ਹੋਵੇ ਔਰ ਜ਼ਿਆਦਾ ਆਟੋਨੋਮੀ ਹੋਵੇ ਸੂਬਿਆਂ ਨੂੰ ਤਾਂ ਕਿ ਉਹ ਆਪਣੇ ਢੰਗ ਨਾਲ ਜਿਸ ਤਰ੍ਹਾਂ ਉਹ ਚਾਹੁੰਦੇ ਆ ਜਿਸ ਤਰ੍ਹਾਂ ਉਹਨਾਂ ਦੀ ਐਸਪੀਰੇਸ਼ਨਸ ਆ ਜਿਸ ਤਰ੍ਹਾਂ ਦੀ ਉਹਨਾਂ ਦੀ ਕਲਚਰਲ ਰਿਲੀਜੀਅਸ ਤੇ ਦੂਸਰੀਆਂ ਟ੍ਰੈਡੀਸ਼ਨਸ ਹੈਗੀਆਂ ਉਹਦੇ ਮੁਤਾਬਕ ਉਹ ਆਪਣੇ ਪ੍ਰੋਗਰੈਸ ਕਰ ਸਕਣ ਆ ਮੈਨੂੰ ਇਸ ਕਿਸਮ ਦੀ ਜਿਹੜੀ ਐਟੀਟਿਊਡ ਆ ਪੋਲਿਟਿਕਲ ਲੀਡਰਸ ਦਾ ਉਹ ਬੜਾ ਮੰਦਪਗਾ ਅਨਫੋਰਚੂਨੇਟ ਜੀ ਇਹ ਜਿਹੜੀ ਗੱਲ ਹਮੇਸ਼ਾ ਇਸੇ ਇੰ ਤਰੀਕੇ ਨਾਲ ਕਹੀ ਜਾਂਦੀ ਰਹੀ ਹੈ ਪਰ ਗੱਲ ਇਹ ਹੈ ਕਿ ਇਸ ਗੱਲ ਦੇ ਉੱਤੇ ਅਮਲ ਨਹੀਂ ਹੋਇਆ ਜਿਹੜਾ ਇੱਕ ਵੱਡਾ ਸਵਾਲ ਹੈ ਤੇ ਇਸ ਕਰਕੇ ਜਿਹੜੇ ਹੋਰ ਵਾਲੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਬਾਰੇ ਇਹ ਨਹੀਂ ਕਿਹਾ ਜਾ ਸਕਦਾ ਕਿ ਤਲੰਗਾਨਾ ਆਉਣ ਵਾਲੀ ਮਿਸਾਲ ਬਣ ਸਕੇ ਪਰ ਉਹ ਜ਼ਰੂਰ ਆਪਣੀ ਜਿਹੜੀ ਬਾਕੀ ਨਹੀਂ ਹੋਰ ਵੀ ਜਿਹੜੀਆਂ ਸੂਬੇ ਸੂਬਿਆਂ ਦੀਆਂ ਮੰਗਾਂ ਨਾ ਉਹ ਵੀ ਇਸ ਕਰਕੇ ਪੂਰੀਆਂ ਹੋਣਗੀਆਂ ਕਿ ਉਹ ਕਿੰਨਾ ਜ਼ਬਰਦਸਤ ਐਜੀਟੇਸ਼ਨ ਚਲਾਉਂਦੇ ਆ ਕਿੰਨਾ ਖੂਨ ਖਰਾਬਾ ਕਰ ਸਕਦੇ ਆ ਕਿੰਨਾ ਕੋ ਪ੍ਰਾਪਰਟੀ ਦਾ ਨੁਕਸਾਨ ਕਰ ਸਕਦੇ ਆ ਕਿੰਨਾ ਕੋ ਸਰਕਾਰ ਨੂੰ ਪਰੇਸ਼ਾਨ ਕਰ ਸਕਦੇ ਇਹ ਕ੍ਰਾਈਟਰੀਆ ਜੀ ਮੈਨੂੰ ਲੱਗਦਾ ਕਿ ਇਹ ਸਰਕਾਰ ਵੀ ਸੁਣੇਗੀ ਇਸ ਗੱਲ ਨੂੰ ਤੇ ਹੋ ਸਕਦਾ ਇਹਨੂੰ ਸਹਿird ਹੋ ਕੇ ਵਿਚਾਰੇ ਵੀ ਤੁਸੀਂ ਸਾਰੇ ਅੱਜ ਦੀ ਚਰਚਾ ਸ਼ਾਮਲ ਹੋਏ ਤੁਹਾਡਾ ਬਹੁਤ ਬਹੁਤ ਧੰਨਵਾਦ ਤੇਲੰਗਾਨਾ ਦੇ ਸੂਬਾ ਬਣ ਜਾਣ ਉੱਤੇ ਨਵੇਂ ਸੂਬੇ ਦੇ ਹਮਾਇਤਿਆਂ ਨੂੰ ਪ੍ਰਾਪਤੀ ਦਾ ਅਹਿਸਾਸ ਹੋਏਗਾ ਪਰ ਇਸ ਨਾਲ ਕਈ ਹੋਰ ਸੂਬਿਆਂ ਵਿੱਚ ਸਰਕਾਰਾਂ ਦੀ ਸਿਰਦਰਦੀ ਵੱਧ ਗਈ ਹੈ ਹੁਣ ਇਹ ਤਾਂ ਤੈਹ ਹੋ ਜਾਣਾ ਚਾਹੀਦਾ ਹੈ ਕਿ ਸੂਬੇ ਦਾ ਰਤਵਾ ਹਾਸਲ ਕਰਨ ਲਈ ਕੀ ਸ਼ਰਤਾਂ ਲਾਜ਼ਮੀ ਨੇ ਜੇ ਛੋਟੇ ਸੂਬੇ ਪ੍ਰਸ਼ਾਸਕੀ ਪੱਖੋਂ ਬਿਹਤਰ ਨੇ ਅਤੇ ਵਿੱਤੀ ਪੱਖੋਂ ਬਾਰਾ ਖਾਂਦੇ ਨੇ ਤਾਂ ਇਹਨਾਂ ਨੂੰ ਬਣਾਉਣ ਵਿੱਚ ਗੁਰੇਜ ਨਹੀਂ ਹੋਣਾ ਚਾਹੀਦਾ। ਨਮਸਕਾਰ, ਸ਼ਤ੍ਰੀਕਾਲ, ਖੁਦਾ ਹਫਿਜ਼। ਖਬਰਾਂ ਦੇ ਦੁਨੀਆ ਵਿੱਚ ਆਓ। ਸਾਡੇ ਨਾਲ ਕਦੇ ਵੀ ਸਿੱਕੀ ਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ 'ਤੇ। ਅਸੀਂ ਦਿਖਾਂਗੇ YouTube 'ਤੇ। ਸਾਨੂੰ ਫੋਲੋ ਕਰੋ Twitter 'ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।